ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਨੀ ਕਿ ਮੈਡਮ ਸੰਦੀਪ ਕੌਰ ਗਵਰਨਮੈਂਟ ਆਦਰਸ਼ ਪ੍ਰਾਇਮਰੀ ਸਕੂਲ ਬਠਿੰਡਾ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤਾਂ ਬੇਟਾ ਕੱਲ ਅਸੀਂ ਐਚ ਸੀ ਐਫ ਫਾਈਂਡ ਆਊਟ ਕਰਨਾ ਸਿੱਖਿਆ ਸੀ ਮਹੱਤਵ ਸਮਾਵਰਤਕ ਪਤਾ ਕਰਨਾ ਸਿੱਖਿਆ ਸੀ ਤੇ ਅੱਜ ਅਸੀਂ ਲਘੁਤਮ ਸਮਾਵਰਤਕ ਮਤਲਬ ਐਲ ਸੀ ਐਮ ਲੀਸਟ ਕਾਮਨ ਮਲਟੀਪਲ ਫਾਈਂਡ ਆਊਟ ਕਰਾਂਗੇ ਤਾਂ ਇਹ ਤੁਹਾਡੀ 5ਵੀਂ ਕਲਾਸ ਦੀ ਮੈਥ ਦੀ ਜਿਹੜੀ ਬੁੱਕ ਹੈ ਉਹਦੇ ਵਿੱਚ ਪੇਜ ਨੰਬਰ 79 ਤੇ ਹੈ ਪੇਜ ਨੰਬਰ 79 ਤੇ ਹੈ ਐਕਸਰਸਾਈਜ਼ ਨੰਬਰ 3.3 ਤਾਂ ਅਸੀਂ ਅੱਜ ਇਹ ਕਰਨ ਜਾ ਰਹੇ ਹਾਂ ਸਾਰੇ ਬੱਚਿਆਂ ਨੇ ਬੜੇ ਹੀ ਧਿਆਨ ਨਾਲ ਪੜ੍ਹਨਾ ਹੈ ਤਾਂ ਫਰਸਟ ਕੁਐਸਚਨ ਕਰਨ ਜਾ ਰਹੇ ਹਾਂ ਫਰਸਟ ਕੁਐਸਚਨ ਦੇ ਵਿੱਚ ਕੀ ਹੈ ਫਾਈਂਡ ਐਲਸੀਐਮ ਆਫ ਦਾ ਫੋਲੋਇੰਗ ਤੁਸੀਂ 5 ਦਾ ਤੇ 10 ਦਾ ਐਲਸੀਐਮ ਲਘੁਤਮ ਫਾਈਂਡ ਆਊਟ ਕਰਨਾ ਹੈ ਤਾਂ ਅਸੀਂ ਕਰਦੇ ਹਾਂ ਦੇਖੋ ਇਹਦੇ ਦੋ ਮੈਥਡ ਹੋਣਗੇ ਦੇਖੋ ਇੱਕ ਤਾਂ ਹੈ 5 ਤੇ ਦੱਸਦਾ ਤੁਸੀਂ ਅਲੱਗ-ਅਲੱਗ ਜਿਵੇਂ ਅਸੀਂ ਪਹਿਲਾਂ ਐਚसीएफ ਫਾਈਂਡ ਆਊਟ ਕਰਦੇ ਹੁੰਦੇ ਸੀ ਉਸ ਤਰ੍ਹਾਂ ਅਲੱਗ-ਅਲੱਗ ਲੁਕਤਮ ਕੱਢ ਲਓ ਦੇਖੋ ਪਹਿਲਾਂ 5 ਤੇ ਗਿਆ ਇੱਥੇ 1 ਆ ਗਿਆ ਠੀਕ ਹੈ ਇੱਥੇ ਵੀ ਆਪਾਂ 2 ਨਾਲ ਡਿਵਾਈਡ ਕਰਾਂਗੇ ਇਹਨੂੰ ਦੋਨਾਂ ਭਾਗ ਕਰਾਂਗੇ ਆਨਸਰ ਆਜੂਗਾ 5 ਫਿਰ ਇਹਨੂੰ 5 ਨਾਲ ਭਾਗ ਕਰਾਂਗੇ 5 ਨਾਲ ਡਿਵਾਈਡ ਕਰਾਂਗੇ ਆਨਸਰ ਆ ਗਿਆ 1 ਤਾਂ ਜਦੋਂ ਅਸੀਂ ਐਚसीएफ ਫਾਈਂਡ ਆਊਟ ਕਰਨਾ ਹੁੰਦਾ ਹੈ ਇਹਦਾ ਤਾਂ ਉਦੋਂ ਅਸੀਂ ਕੀ ਕਰਦੇ ਹੁੰਨੇ ਆ ਐਚसीएफ ਵੇਲੇ ਉਦੋਂ ਅਸੀਂ ਇਨਾਂ ਦੇ ਜਿਹੜੇ ਕਾਮਨ ਹੁੰਦੇ ਆ ਇਧਰ ਵੀ ਤੇ ਇਧਰ ਵੀ ਜਿਹੜੇ ਕਾਮਨ ਫੈਕਟਰ ਹੁੰਦੇ ਆ ਉਹਨਾਂ ਦੇ ਉੱਪਰ ਅਸੀਂ ਚੱਕਰ ਲਗਾ ਲੈਨੇ ਆ ਇਸ ਤਰ੍ਹਾਂ ਠੀਕ ਹੈ ਜਿਹੜਾ ਇਧਰ ਵੀ ਆ ਰਿਹਾ ਇਧਰ ਵੀ ਆ ਰਿਹਾ ਉਹਦੇ ਉੱਤੇ ਅਸੀਂ ਇਸ ਤਰ੍ਹਾਂ ਚੱਕਰ ਲਗਾ ਲੈਨੇ ਆ ਤਾਂ ਅਸੀਂ ਇੱਥੇ ਲਿਖ ਦੇਣੇ ਹੁੰਨੇ ਆ ਵੀ 5 ਤੇ 1 ਆਹ ਵਨ ਇਹ ਤੁਹਾਡਾ ਕਾਮਨ ਹੈ ਦੋਨੇ ਪਾਸੇ ਤਾਂ ਤੁਹਾਡਾ ਐਚ ਸੀ ਐਫ ਜਿਹੜਾ ਕਿੰਨਾ ਆ ਗਿਆ 5 ਆ ਗਿਆ ਠੀਕ ਹੈ ਹੁਣ ਤੁਸੀਂ ਫਾਈਂਡ ਆਊਟ ਕਰਨਾ ਹੈ ਐਲ ਸੀ ਐਮ ਤਾਂ ਉਦੋਂ ਤੁਸੀਂ ਕੀ ਕਰਨਾ ਹੈ ਉਦੋਂ ਤੁਸੀਂ ਜਿਹੜਾ ਵੀ ਤੁਹਾਡਾ ਫੈਕਟਰ ਹੈ ਜਿਵੇਂ ਆਪਾਂ ਪ੍ਰਾਈਮ ਫੈਕਟਰੀ ਬਣਾਇਆ ਇੱਕ ਤਰ੍ਹਾਂ ਦੇ ਜਿਵੇਂ ਦੱਸਦੇ ਅਸੀਂ ਪ੍ਰਾਈਮ ਫੈਕਟਰ ਬਣਾਤੇ ਆਹਾ ਇਹ ਇਹ ਪ੍ਰਾਈਮ ਫੈਕਟਰ ਹੁੰਦੇ ਆ ਠੀਕ ਹੈ ਤਾਂ ਜਿਹੜਾ ਪ੍ਰਾਈਮ ਫੈਕਟਰ ਬਣਾਇਆ ਹੈ ਅਸੀਂ ਆਹ ਵਾਲਾ 2 ਤੇ 5 10 ਦਾ ਤਾਂ ਇਹਨਾਂ ਦੇ ਵਿੱਚੋਂ ਦੇਖੋ ਪਹਿਲਾਂ 2 ਆ ਜਿਹੜਾ ਮੈਕਸਿਮਮ ਕਿੰਨੇ ਵਾਰ ਹੀ ਆਇਆ ਇਹਨਾਂ ਦੋਨਾਂ ਦੇ ਵਿੱਚੋਂ ਮੈਕਸਿਮਮ ਇੱਕ ਵਾਰ ਹੀ ਆਇਆ ਹੈ ਨਾ ਵੱਧ ਤੋਂ ਵੱਧ ਤਾਂ ਉਹ ਲੈ ਲਿਆ ਠੀਕ ਹੈ 5 ਆ ਜਿਹੜਾ ਉਹ ਵੱਧ ਤੋਂ ਵੱਧ ਕਿੰਨੇ ਵਾਰ ਹੀ ਆਇਆ ਇਧਰ ਵੀ ਤੇ ਇਧਰ ਵੀ ਇੱਕ ਵਾਰੀ ਉਹ ਵੀ ਅਸੀਂ ਲੈ ਲਿਆ ਤਾਂ ਆਨਸਰ ਤੁਹਾਡਾ ਆ ਗਿਆ 10 ਠੀਕ ਹੈ ਤੁਹਾਨੂੰ ਮੈਂ ਜਦੋਂ ਵੱਡੀਆਂ ਰਕਮਾਂ ਤੋਂ ਕਰਵਾਉਂਗੀ ਤੁਹਾਨੂੰ ਉਦੋਂ ਜ਼ਿਆਦਾ ਸਮਝ ਆਏਗਾ ਜਿਵੇਂ ਹੁਣ ਤੁਸੀਂ ਨੈਕਸਟ ਕੁਐਸਚਨ ਦੇਖੋ ਨੈਕਸਟ ਕੁਐਸਚਨ ਹੈ 6 ਤੇ 18 ਇਹ ਵੀ ਕਰਦੇ ਹਾਂ ਅਸੀਂ ਦੇਖੋ ਇੱਥੇ 2 ਨਾਲ ਡਿਵਾਈਡ ਕਰਾਂਗੇ ਠੀਕ ਹੈ ਇੱਥੇ ਆਨਸਰ 3 ਆ ਜਾਊਗਾ ਇੱਥੇ ਨੂੰ 3 ਨਾਲ ਡਿਵਾਈਡ ਕਰਾਂਗੇ ਤਾਂ ਆਨਸਰ 1 ਆ ਜਾਊਗਾ ਉਵੇਂ ਜਿਵੇਂ ਇੱਥੇ 2 ਨਾਲ ਡਿਵਾਈਡ ਕਰਾਂਗੇ ਆਨਸਰ ਆ ਜਾਏਗਾ 9 ਫਿਰ ਇਹਨੂੰ 3 ਨਾਲ ਡਿਵਾਈਡ ਕਰੋਗੇ ਤਾਂ ਆਨਸਰ ਕਿੰਨਾ ਆ ਜੂਗਾ 3 ਇਹਨੂੰ ਫਿਰ 3 ਨਾਲ ਭਾਗ ਕਰੋਗੇ ਫਿਰ ਆਨਸਰ ਆ ਜਾਏਗਾ 1 ਤਾਂ ਇਹਦੇ ਫੈਕਟਰ ਆ ਬਣ ਗਏ ਇਹਦੇ ਫੈਕਟਰ ਆ ਬਣ ਗਏ ਤਾਂ ਉਵੇਂ ਜਿਕਰ ਜੇ ਤੁਸੀਂ ਇਹਦਾ ਐਚ ਸੀ ਐਫ ਮੈਂ ਪਿਛਲੇ ਐਕਸਰਸਾਈਜ਼ ਜਿਹੜੇ ਤੁਹਾਨੂੰ ਕਰਵਾਈ ਆ ਉਹਦੇ ਵਿੱਚ ਐਚ ਸੀ ਐਫ ਦੇ ਥੋੜੇ ਜਿਹੇ ਸਵਾਲ ਛੱਡਤੇ ਸੀ ਉਹ ਤਾਂ ਛੱਡਤੇ ਸੀ ਕਿਉਂਕਿ ਮੈਂ ਹੁਣ ਐਲ ਸੀ ਐਮ ਜਦੋਂ ਕਰਵਾ ਰਹੀ ਆ ਉਹਦੇ ਨਾਲ ਨਾਲ ਐਚ ਸੀ ਐਫ ਕੱਢਣਾ ਵੀ ਦੱਸੂਗੀ ਤੇ ਐਲ ਸੀ ਐਮ ਦੋਨੋਂ ਦੱਸੂਗੀ ਤਾਂ ਕਿ ਤੁਹਾਨੂੰ ਐਚਸੀਐਫ ਜਿਹੜਾ ਹੈਗਾ ਅੱਛੀ ਤਰ੍ਹਾਂ ਕਲੀਅਰ ਹੋ ਜਾਏ ਪਿਛਲੀ ਐਕਸਰਸਾਈਜ਼ ਦੇ ਵਿੱਚ ਜੇਕਰ ਕੋਈ ਕਮੀ ਰਹਿ ਗਈ ਸ ਤਾਂ ਹੁਣ ਪੂਰੀ ਹੋ ਜਾਏਗੀ ਹਾਲਾਂਕਿ ਇੱਥੇ ਉਹਨਾਂ ਨੇ ਐਲਸੀਐਮ ਫਾਈਂਡ ਨੋਟ ਕਰਨ ਨੂੰ ਕਿਹਾ ਸਾਨੂੰ ਸਿਰਫ ਉਹਨਾਂ ਨੇ ਇਹੀ ਕਿਹਾ ਵੀ ਲੱਲਾ ਸਸਾ ਵਾਵਾ ਪਤਾ ਕਰੋ ਮੈਂ ਤੁਹਾਨੂੰ ਮਹੱਤਵ ਵੀ ਨਾਲ-ਨਾਲ ਸਮਝਾ ਰਹੀ ਹਾਂ ਵੀ ਮਹੱਤਵ ਕਿਵੇਂ ਕੱਢਣਾ ਹੈ ਤਲਗੁੱਤਮ ਕਿਵੇਂ ਕੱਢਣਾ ਮੈਂ ਦੋਨੋਂ ਹੀ ਸਮਝਾ ਰਹੀ ਹਾਂ ਨਾਲ-ਨਾਲ ਕਰਨਾ ਤਾਂ ਇੱਥੇ ਐਲਸੀਐਮ ਹੀ ਹੈ ਤੁਸੀਂ ਕਾਪੀ 'ਚ ਨੋਟ ਕਰੋਗੇ ਜਦੋਂ-ਦੋਂ ਐਲਸੀਐਮ ਨੋਟ ਕਰੋਗੇ ਨਾਲ-ਨਾਲ ਦੋਨੋਂ ਦਾ ਫਰਕ ਤੁਹਾਨੂੰ ਦੱਸ ਰਹੀ ਹਾਂ ਵੀ ਕੀ ਫਰਕ ਹੈ ਤਾਂ ਦੇਖੋ ਜਦੋਂ ਤੁਸੀਂ HCF ਫਾਈਂਡ ਆਊਟ ਕਰਦੇ ਹੁੰਦੇ ਆ ਉਦੋਂ ਅਸੀਂ ਚੱਕਰ ਲਗਾਉਂਦੇ ਹੁੰਦੇ ਆ ਦੇਖੋ ਇੱਧਰ 2 ਆ ਗਿਆ ਇੱਧਰ 2 ਆ ਗਿਆ ਦੋਨੇ ਪਾਸੇ ਆ ਗਿਆ ਚੱਕਰ ਲੱਗ ਗਿਆ ਇੱਧਰ 3 ਆ ਗਿਆ ਇੱਧਰ 3 ਆ ਗਿਆ ਚੱਕਰ ਲੱਗ ਗਿਆ ਜਿਨ੍ਹਾਂ ਦੇ ਉੱਤੇ ਚੱਕਰ ਲੱਗਿਆ ਹੁੰਦਾ ਇਧਰੋਂ ਉਹ ਆਪਾਂ ਲਿਖ ਲੈਣੇ ਹੁੰਦੇ ਨੇ 2 3 ਠੀਕ ਹੈ 1 ਨੂੰ ਲਿਖਣਾ ਲਿਖ ਲੋ ਨਹੀਂ ਲਿਖਣਾ ਨਾ ਲਿਖੋ ਕੋਈ ਬਾਹਲਾ ਫਰਕ ਨਹੀਂ ਪੈਂਦਾ ਕਿਉਂਕਿ ਹੁਣ ਤੁਸੀਂ ਕਹੋਗੇ 1 ਆ 1 ਕਿਹੜਾ ਪ੍ਰਾਈਮ ਹੈ ਵੀ ਤੁਸੀਂ ਤਾਂ ਕਹੀਏ ਨੇ ਵੀ ਪ੍ਰਾਈਮ ਫੈਕਟਰ ਲੈਣੇ ਆ ਤਾਂ 1 ਕਿਹੜਾ ਪ੍ਰਾਈਮ ਹੈ ਹਨਾ 1 ਤਾਂ ਪ੍ਰਾਈਮ ਨਹੀਂ ਹੈ ਬਰਾਂਤ ਮਤਲਬ ਅ ਅਭਾਜ ਅਪਾ ਇੱਥੇ ਸਿਰਫ ਅਪਾਜ ਸੰਖਿਆਵਾਂ ਲਿਖਦੇ ਹੁੰਨੇ ਹਨਾ ਤਾਂ 1 ਨਾਲ ਇਹਨੂੰ ਜੇ ਗੁਣਾ ਕਰੋਗੇ ਉਹਦੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ 1 ਤੁਹਾਨੂੰ ਮੈਂ ਤਾਂ ਲਖਵਾਉਂਦੀ ਹੰਨੀ ਹੈ ਕਿਉਂਕਿ ਜਦੋਂ ਤੁਹਾਨੂੰ ਮੈਂ ਇੱਕ ਸਵਾਲ ਕਰਕੇ ਦਿਖਾਉਣੀ ਹੈ 1 ਮੈਂ ਤੁਹਾਨੂੰ ਕਿਉਂ ਲਖਵਾਉਂਦੀ ਹੰ। ਅ ਪਹਿਲਾਂ ਆ ਸਵਾਲ ਪੂਰਾ ਕਰਦੇ ਆਪਾਂ ਆਨਸਰ ਇੱਥੇ 6 ਆ ਗਿਆ ਠੀਕ ਹੈ ਤੁਹਾਡਾ ਮਹੱਤਵ ਕਿੰਨਾ ਆ ਗਿਆ 6 ਆ ਗਿਆ ਹੁਣ ਅਸੀਂ ਇਹਦਾ ਇਸੇ ਸਵਾਲ ਦਾ ਲਘੁਤਮ ਗੱਟਨਾ ਹੁਣ ਲਘੁਤਮ ਦੇਖੋ ਕਿਵੇਂ ਗੱਟਨਾ ਹੈ ਐਲ ਸੀ ਐਮ ਲ ਲ ਸ ਸ ਵਾ ਵਾ ਲ ਲ ਸ ਸ ਵਾ ਵਾ ਦੇਖੋ ਕਿਵੇਂ ਗੱਟਨਾ ਹੈ ਐਲ ਸੀ ਐਮ ਇਵੇਂ ਗੱਢਣਾ ਇੱਥੇ ਕੀ ਕਰੋਗੇ ਜਿਹੜਾ 2 ਐ 2 ਇੱਥੇ ਵੱਧ ਤੋਂ ਵੱਧ ਇਧਰ ਕਿੰਨੇ ਵਾਰੀ ਆਇਆ ਦੋ ਵਾਰੀ ਇੱਕ ਵਾਰੀ ਇਧਰ 2 ਕਿੰਨੇ ਵਾਰੀ ਆਇਆ ਇੱਕ ਵਾਰੀ ਜਿੱਧਰ ਵੱਧ ਆਇਆ ਹੁੰਦਾ ਪਉ ਉਹੀ ਲਿਖਣਾ ਹੁੰਦਾ 2 ਇੱਥੇ ਵੱਧ ਤੋਂ ਵੱਧ ਇੱਕ ਵਾਰੀ ਆਇਆ ਇਧਰ ਵੀ ਇੱਕ ਵਾਰੀ ਤਾਂ ਆਪਾਂ ਇੱਕ ਵਾਰ 2 ਲਿਖਤਾ ਠੀਕ ਐ ਹੁਣ 3 ਦੇਖਾਂਗੇ ਜਿੱਧਰ ਵੱਧ ਆਏ ਹਨ ਉਹ ਹੀ ਲਿਖਾਂਗੇ ਇਧਰ 3 ਇਹ ਦੋ ਵਾਰੀ ਆਇਆ ਐ ਇਧਰ 3 ਇੱਕ ਵਾਰੀ ਐ ਤਾਂ ਅਸੀਂ ਵੱਧ ਵਾਲਾ ਲਿਖਾਂਗੇ 3 3 ਠੀਕ ਐ 1 ਤਾਂ ਲਿਖਣਾ ਹੀ ਲਿਖਣਾਗਾ ਹੁਣ ਆਨਸਰ ਇਹਦਾ ਕੱਢੋ 2 ਨੂੰ 3 ਨਾਲ ਮਲਟੀਪਲਾਈ ਕਰੋ ਆ ਜੂ ਆਨਸਰ 6 ਠੀਕ ਹੈ 6 ਨੂੰ ਫਿਰ ਗਾਹ 3 ਨਾਲ ਫਿਰ ਮਲਟੀਪਲਾਈ ਕਰੋਗੇ ਤਾਂ ਆਨਸਰ ਕਿੰਨਾ ਆ ਜੂਆ ਤੁਹਾਡਾ 18 ਆ ਜਾਏਗਾ ਠੀਕ ਹੈ 2 3 6 6 3 18 18 ਨੂੰ ਇੱਕ ਨੌ ਨਾ ਕਰੂੰਗਾ ਤਾਂ 18 ਆ ਜਾਏਗਾ ਹੁਣ ਤੁਸੀਂ ਆ ਦੇਖੋ ਜਿਹੜਾ ਮੈਂ 1 ਲਿਖਿਆ ਹੈ ਇਹ 1 ਆ ਜਿਹੜਾ ਇਹ ਅਭਾਜਤਾ ਨਹੀਂ ਹੈ ਕਿਉਂਕਿ ਤੁਹਾਨੂੰ ਦੱਸਿਆ ਹੋਇਆ ਵੀ ਇੱਥੇ ਸਿਰਫ ਅਭਾਜ ਸੰਖਿਆਵਾਂ ਹੀ ਆਉਣੀਆਂ ਚਾਹੀਦੀਆਂ ਤੇ ਤੁਹਾਡੇ ਆਨਸਰ ਦੇ ਵਿੱਚ ਵੀ ਅਭਾਜ ਸੰਖਿਆਵਾਂ ਹੀ ਲਿਖਣੀ ਹੈ ਪਰ ਮੈਂ 1 ਕਿਉਂ ਲਿਖ ਰਹੀ ਹਾਂ ਵਨਤਾ ਅਭਾਜ ਵੀ ਨਹੀਂ ਹੈ ਅਵਨਤਾ ਕੰਪੋਜ਼ਿਟ ਵੀ ਨਹੀਂ ਹੈ ਠੀਕ ਹੈ ਦੋਨੋਂ ਹੀ ਨਹੀਂ ਹੈ ਨਾ ਤਾਂ ਭਾਜ ਹੈ ਨਾ ਅਭਾਜ ਹੈ ਮੈਂ ਫਿਰ ਵੀ ਲਿਖ ਰਹੀ ਹਾਂ ਕਿਉਂ ਲਿਖ ਰਹੀ ਹਾਂ ਹੁਣ ਤੁਹਾਨੂੰ ਉਸ ਦਾ ਕਾਰਨ ਦੱਸਦੀ ਹਾਂ ਵੀ ਮੰਨ ਲਓ ਤੁਹਾਨੂੰ ਮੈਂ ਐਂ ਕਹਿਦਾ ਵੀ 31 ਹੈ ਠੀਕ ਹੈ ਇੱਕ ਤੁਹਾਨੂੰ ਮੈਂ ਹੋਰ ਲਿਖਾ ਦਾਂ ਵੀ ਆ 47 ਲਿਖਾ ਦਾਂ ਜੇ ਤੁਹਾਨੂੰ ਮੈਂ ਕਹਾਂ ਵੀ ਤੁਸੀਂ ਇਹਨਾਂ ਦੋਨਾਂ ਦਾ ਐਚ ਸੀ ਐਫ ਫਾਈਂਡ ਆਊਟ ਕਰੋ ਮਹੱਤਵ ਕੱਢੋ ਠੀਕ ਹੈ ਤਾਂ ਕਿਉਂਕਿ ਇਹ 31 ਹੈ ਜਿਹੜਾ ਇਹ ਪ੍ਰਾਈਮ ਨੰਬਰ ਹੈ ਅਭਾਜ ਸੰਖਿਆ ਹੈ 47 ਹੈ ਜਿਹੜਾ ਉਹ ਵੀ ਆਪਣਾ ਅਭਾਜ ਸੰਖਿਆ ਹੈ ਜਦੋਂ ਤੁਸੀਂ ਇਹਦਾ ਇਸ ਤਰ੍ਹਾਂ ਅਡੋ ਅਡੀਲ ਕੋਈ ਤੁਮ ਕੱਢੋਂਗੇ ਤਾਂ ਕੀ ਹੋਊਗਾ ਇੱਥੇ ਆਪਾਂ ਨੂੰ 31 ਤੇ ਹੀ ਜਾਊਗਾ ਕਿਉਂਕਿ 31 ਹੈ ਜਿਹੜਾ ਹੋਰ ਕਿਸੇ ਦੇ ਭਾੜੇ 'ਚ ਆਉਂਦਾ ਨਹੀਂ ਸਿਰਫ ਆਪਦੇ ਭਾੜੇ 'ਚ ਹੀ ਆਉਂਦਾ ਠੀਕ ਹੈ ਤਾਂ ਕਰਕੇ 31 ਤੇ ਹੀ ਜਾਊਗਾ ਕਿਉਂਕਿ ਇਹ ਅਭਾਜ ਹੈ ਤਾਂ ਕਰਕੇ ਹੋਰ ਕਿਸੇ ਦੇ ਭਾੜੇ 'ਚ ਆਉਂਦਾ ਹੀ ਨਹੀਂ ਤਾਂ 31 ਦੇ ਫੈਕਟਰ ਸਿਰਫ ਆਹੀ ਬਣਨਗੇ 31 1 ਠੀਕ ਹੈ ਹੋਰ ਕੋਈ ਫੈਕਟਰ ਹੀ ਨਹੀਂ ਬਣਦੇ ਦੋ ਹੀ ਫੈਕਟਰ ਬਣਨਗੇ ਕਿਉਂਕਿ ਇਹ ਪ੍ਰਾਈਮ ਨੰਬਰ ਹੈ ਜਿਹੜਾ ਪ੍ਰਾਈਮ ਨੰਬਰ ਹੁੰਦਾ ਉਹਦੇ ਸਿਰਫ ਦੋ ਹੀ ਗੁਣਖੰਡ ਬਣਦੇ ਆ ਠੀਕ ਹੈ 31 1 ਬਸ 1 ਦਾ 31 ਬਣ ਗਿਆ 1 1 ਆਹ ਇਹ ਬਣ ਗਿਆ ਹੁਣ ਇੱਧਰ ਆ ਜਾਓ 47 ਹੈ ਜਾਂ ਇਹ ਫਿਰ ਅਭਾਜ ਸੰਖਿਆ ਹੈ ਇਹ ਫਿਰ 47 ਤੇ ਜਾਊਗੀ ਠੀਕ ਹੈ ਕਿਉਂਕਿ 47 ਹੋਰ ਕਿਸੇ ਦੇ ਭਾੜੇ 'ਚ ਤਾਂ ਆਉਂਦਾ ਹੀ ਨਹੀਂ ਹੈਗਾ ਤਾਂ ਕਰਕੇ ਜਿਹੜਾ 47 ਆ ਉਹ 47 ਤੇ ਹੀ ਜਾਊਗਾ ਹੁਣ 47 ਨਾਲ ਹੀ ਡਿਵਾਈਡ ਹੋਊਗਾ ਹੋਰ ਕਿਸੇ ਨਾਲ ਇਹ ਡਿਵਾਈਡ ਨਹੀਂ ਹੁੰਦਾ ਤਾਂ ਇੱਥੇ 1 ਆ ਜਾਊਗਾ ਤਾਂ ਹੁਣ ਦੇਖੋ ਅਸੀਂ ਐਚ ਸੀ ਐਫ ਆ ਜਿਹੜਾ ਫਾਈਂਡ ਆਊਟ ਕਰਨਾ ਚਾਹੁੰਦੇ ਆ ਦੇਖੋ ਇੱਧਰ ਚੱਕਰ ਨਹੀਂ ਲਗਾ ਸਕਦੇ ਆਪਾਂ ਤਾਂ ਚੱਕਰ ਇੱਥੇ ਹੀ ਲੱਗੂਗਾ ਸਿਰਫ ਆਹੀ ਕਾਮਨ ਨਾ ਦੋਨਾਂ ਦੇ ਵਿੱਚ ਕਾਮਨ ਮਤਲਬ ਦੋਨਾਂ ਚ ਸਾਂਝਾ ਇਹੀ ਹੈ ਜਿਹੜਾ ਸਾਂਝਾ ਹੁੰਦਾ ਆਪਾਂ ਉਹੀ ਲਿਖਣਾ ਹੁੰਦਾ ਨਾ ਐਚ ਸੀ ਐਫ ਦੇ ਵਿੱਚ ਜਿਵੇਂ ਆਪਾਂ ਉੱਪਰਲੇ ਸਵਾਲ ਦੇ ਵਿੱਚ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਸਾਂਝਾ ਸੀਗਾ 5 ਸਾਂਝਾ ਸੀਗਾ ਜਿਹੜਾ ਦੋਨਾਂ ਦੇ ਵਿੱਚ ਆਉਂਦਾ ਹੁੰਦਾ ਪਉਹੀ ਲਿਖਦੇ ਹੁੰਨੇ ਠੀਕ ਹੈ 1 ਵੀ ਦੋਨੇ ਵਾਰੀ ਆ ਗਿਆ ਹੁਣ ਇੱਥੇ ਜਦੋਂ ਜਦੋਂ ਦੋ ਪ੍ਰਾਈਮ ਨੰਬਰ ਦਾ ਐਚ ਸੀ ਐਫ ਫਾਈਂਡ ਆਊਟ ਕਰਨਾ ਹੁੰਦਾ ਹੈ ਦੋ ਪ੍ਰਾਈਮ ਨੰਬਰ ਦਾ ਤੁਸੀਂ ਮਹੱਤਵ ਕੱਢਣਾ ਹੁੰਦਾ ਹੈ ਤਾਂ ਉਦੋਂ ਤੁਹਾਨੂੰ ਸਮੱਸਿਆ ਆਏਗੀ ਤਾਂ ਕਰਕੇ ਤੁਹਾਨੂੰ ਮੈਂ 1 ਲਿਖਵਾਉਂਦੀ ਹੰਨੀ ਆ ਵੀ ਹੁਣ ਤੁਹਾਡਾ ਆਨਸਰ ਇੱਥੇ 1 ਆ ਰਿਹਾ ਠੀਕ ਹੈ 1 ਮੈਂ ਤਾਂ ਲਿਖਾਉਂਦੀ ਹੰਨੀ ਆ ਤੁਸੀਂ ਕਹੋਗੇ ਵੀ ਮੈਡਮ ਕਹਿੰਦੇ ਵੀ ਸਾਰਾ ਵੀ ਇੱਥੇ ਕੱਲੇ ਪ੍ਰਾਈਮ ਨੰਬਰ ਹੀ ਲੈਣੇ ਆਪਾਂ ਫਿਰ ਤੁਸੀਂ 1 ਕਿਉਂ ਲਿਖਾ ਰਹੇ ਹੋ ਮੈਂ 1 ਇਸ ਕਰਕੇ ਲਿਖਾ ਰਹੀ ਹਾਂ ਵੀ ਜਦੋਂ ਕੱਲੇ ਪ੍ਰਾਈਮ ਨੰਬਰ ਦਾ ਤੁਸੀਂ ਐਚਸੀਐਫ ਫਾਈਂਡ ਆਊਟ ਕਰਨਾ ਹੋਊਗਾ ਤਾਂ ਉਹ ਤੁਹਾਡਾ ਆਨਸਰ 1 ਆਊਗਾ ਉਹਦੇ ਦੋਨਾਂ ਚ ਕਾਮਨ ਤਾਂ ਕੁਛ ਆਇਆ ਨਹੀਂ ਰਿਹਾ ਉਹਦੇ ਅਸੀਂ ਕਾਮਨ 1 ਲਵਾਂਗੇ ਜ਼ਰੂਰੀ ਨਹੀਂਗਾ ਵੀ ਇਹ ਜਿਹੜਾ 1 ਆਨਸਰ ਤੁਹਾਡਾ ਖੱਲੇ ਪ੍ਰਾਈਮ ਫੈਕਟਰ ਜਿਹੜੇ ਉਹਨਾਂ ਦਾ ਤੁਸੀਂ ਪ੍ਰਾਈਮ ਨੰਬਰ ਹੈ ਜਦੋਂ ਤੁਸੀਂ ਉਹਨਾਂ ਦਾ ਮम्मा ਸੱਸਾ ਵਾਵਾ ਫਾਈਂਡ ਆਊਟ ਕਰਦੇ ਹੋ ਤਾਂ ਤੁਹਾਡਾ ਉਦੋਂ ਆਨਸਰ 1 ਆਏਗਾ ਤਾਂ ਆਨਸਰ ਤੁਹਾਡਾ ਹੋਰ ਹੋਰ ਕਿਸੇ ਸਵਾਲ ਤੇ ਵੀ 1 ਆ ਸਕਦਾ ਜਿਵੇਂ ਮੰਨ ਲਓ ਆ 4 ਹੈ ਆ 5 ਹੈ ਤੁਸੀਂ ਇਹਨਾਂ ਦਾ ਮम्मा ਸੱਸਾ ਵਾਵਾ ਫਾਈਂਡ ਆਊਟ ਕਰਨਾ ਚਾਹੁੰਦੇ ਆ ਤਾਂ ਇੱਥੇ ਵੀ ਤੁਹਾਡਾ ਆਨਸਰ 1 ਆ ਸਕਦਾ ਜਿਵੇਂ ਇਹਨਾਂ ਚ ਕੋਮਨ ਫੈਕਟਰ ਆਪਣੇ ਕੋਲੇ ਜਦੋਂ ਕੋਈ ਵੀ ਨਾ ਆਇਆ ਦੇਖੋ ਇੱਥੇ ਕੋਮਨ ਫੈਕਟਰ ਕੋਈ ਵੀ ਨਹੀਂ ਆ ਰਿਹਾ ਇਧਰੋਂ ਤਾਂ ਆਹੀ ਆ ਰਿਹਾ ਨਾ ਹੁਣ ਵੀ ਤੁਹਾਡਾ ਐਚ ਸੀ ਐਫ ਜਿਹੜਾ ਉਹ 1 ਹੀ ਆਏਗਾ ਤਾਂ ਕਰਕੇ ਮੈਂ ਤੁਹਾਨੂੰ 1 ਲਿਖਵਾਉਣੀ ਹੁੰਨੀ ਹੈ ਤਾਂ ਵੈਸੇ ਤਾਂ ਆਪਾਂ ਨੂੰ ਪ੍ਰਾਈਮ ਫੈਕਟਰੀ ਲਿਖਨੇ ਹੁੰਦੇ ਆ 1 ਤਾਂ ਲਿਖਾਉਣੀ ਹੈ ਤਾਂ ਕਿ ਜਦੋਂ ਇਹੋ ਜਿਹਾ ਸਵਾਲ ਆ ਜੇ ਸਵਾਲ ਤਾਂ ਬਹੁਤ ਸੌਖਾ ਹੈ ਪਰ ਤੁਸੀਂ ਇੱਥੇ ਅੜ ਕੇ ਜਾਂਦੇ ਹੋ ਤਾਂ ਕਰਕੇ 1 ਲਿਖਾਇਆ ਜਾਂਦਾ ਹੁਣ ਸਮਝ ਆ ਗਿਆ ਬੇਟਾ ਚਲੋ ਆਪਾਂ ਅਗਲਾ ਸਵਾਲ ਕਰਦੇ ਹਾਂ ਅਗਲਾ ਸਵਾਲ ਹੈ ਅ ਫਰਸਟ ਕੁਐਸਚਨ ਦਾ ਸੀ ਪਾਰਟ ਹੈ ਇੱਕ ਤਾਂ ਤੁਹਾਨੂੰ ਦਿੱਤਾ ਹੋਇਆ 25 ਇੱਕ ਦਿੱਤਾ ਹੋਇਆ 50 ਇਹਨਾਂ ਦੋਨਾਂ ਦਾ ਤੁਸੀਂ ਐਲਸੀਐਮ ਫਾਈਂਡ ਆਊਟ ਕਰਨਾ ਹੈ ਤਾਂ ਇਹ ਦੇਖੋ ਕਿਵੇਂ ਕਰਨਾ ਹੈ ਇਹ ਜਿਹੜਾ ਮੈਂ ਤੁਹਾਨੂੰ ਕਰਵਾ ਰਹੀ ਹਾਂ ਇਹ ਪ੍ਰਾਈਮ ਫੈਕਟੋਰਾਇਜ਼ੇਸ਼ਨ ਮੈਥਡ ਹੈ ਠੀਕ ਹੈ ਪ੍ਰਾਈਮ ਫੈਕਟਰ ਮੈਥਡ ਹੈ ਜਿਵੇਂ ਆਪਾਂ ਐਸਸੀਐਫ ਫਾਈਂਡ ਆਊਟ ਕਰਨ ਵੇਲੇ ਪ੍ਰਾਈਮ ਫੈਕਟਰ ਮੈਥਡ ਲਗਾਇਆ ਸੀ ਇਹ ਵੀ ਪ੍ਰਾਈਮ ਫੈਕਟਰ ਮੈਥਡ ਹੈ ਤੇ ਇੱਕ ਮੈਥਡ ਹੋਰ ਹੁੰਦਾ ਹੈ ਉਹ ਹੁੰਦਾ ਹੈਗਾ ਡਿਵੀਜ਼ਨ ਮੈਥਡ ਭਾਗ ਵਿਧੀ ਇਹ ਹੈਗਾ ਅਪਹਾਜ ਗੁਣਨ ਖੰਡ ਵਿਧੀ ਮੈਂ ਇੱਥੇ ਇਹਨਾਂ ਦੇ ਅਪਹਾਜ ਗੁਣਨ ਖੰਡ ਬਣਾ ਰਹੀ ਹਾਂ ਆ ਦੇਖੋ ਆਹ ਅਭਾਜਕ ਉਹਨਾਂ ਨੂੰ ਖੰਡ ਬਣ ਗਏ ਨਾ 25 ਦੇ ਉਵੇਂ ਜਿਵੇਂ ਇੱਧਰ ਵੀ 2 ਤੇ ਜਾਊਗਾ ਤਾਂ ਇੱਥੇ ਆਪਣੇ ਕੋਲ 25 ਆ ਜਾਊਗਾ ਫਿਰ 5 ਤੇ ਗਿਆ ਇਸ ਤਰ੍ਹਾਂ ਆਹ 50 ਦੇ ਅਭਾਜਕ ਉਹਨਾਂ ਨੂੰ ਖੰਡ ਬਣਾਤੇ ਮੈਂ ਇੱਥੇ 25 ਦੇ ਅਭਾਜਕ ਉਹਨਾਂ ਨੂੰ ਖੰਡ ਬਣਾਤੇ ਤਾਂ ਜਦੋਂ ਆਹ ਅਭਾਜਕ ਉਹਨਾਂ ਨੂੰ ਖੰਡ ਬਣਾਤੇ ਉਥੋਂ ਮੈਂ ਤੁਹਾਨੂੰ ਲ ਲ ਸ ਵਾਵਾ ਮਤਲਬ ਐਲਸੀਐਮ ਫਾਈਂਡ ਆਊਟ ਕਰਨਾ ਸਿਖਾ ਰਹੀ ਹਾਂ ਤਾਂ ਦੇਖੋ ਪਹਿਲਾਂ ਪੈਚੀਐਫ ਨੂੰ ਫਾਈਂਡ ਆਊਟ ਕਰਾਂਗੇ ਤਾਂ ਕਿ ਆਪਾਂ ਨਾਲੋਂ ਨਾਲ ਆਪਣੀ ਐਚਸੀਐਫ ਦੀ ਪ੍ਰੈਕਟਿਸ ਹੁੰਦੀ ਰਹੇ ਆ ਦੇਖੋ ਦੋਨਾਂ ਚ ਆ ਗਿਆ ਤੇ ਜਦੋਂ ਤੁਸੀਂ ਐਚਸੀਐਫ ਲਿਖੋਗੇ ਇੱਥੇ ਕੀ ਆ ਜੂਗਾ ਆ ਦੇਖੋ 5 ਇੱਥੇ ਵੀ ਆ ਗਿਆ ਇੱਥੇ ਵੀ ਆ ਗਿਆ ਤਾਂ ਆਨਸਰ ਤੁਹਾਡਾ ਕੀ ਆ ਜੂਗਾ 5 ਤੇ 5 ਠੀਕ ਹੈ 25 ਆਇਆ ਆ 1 ਲਿਖਣਾ ਲਿਖ ਲੋ ਨਹੀਂ ਲਿਖਣਾ ਨਾ ਲਿਖੋ ਮੈਂ ਤੁਹਾਨੂੰ ਇੱਥੋਂ ਪਹਿਲਾਂ ਇਸ ਤੋਂ ਪਹਿਲਾਂ ਵਾਲੇ ਸਵਾਲਾਂ 'ਚ ਮੈਂ ਨਾ ਜ਼ਰੂਰ ਲਿਖਵਾ ਰਹੀ ਸੀ ਤਾਂ ਲਿਖਵਾ ਰਹੀ ਸੀ ਕਿਉਂਕਿ ਤੁਹਾਨੂੰ ਆਹੇ ਇਸ ਤਰ੍ਹਾਂ ਦੇ ਜਦੋਂ ਸਵਾਲ ਆ ਜਾਣ ਉਦੋਂ ਤੁਹਾਡੇ ਤੋਂ ਗਲਤੀ ਨਾ ਪਵੇ ਠੀਕ ਹੈ 1 ਲਿਖਣਾ ਕੋਈ ਖਾਸ ਜ਼ਰੂਰੀ ਨਹੀਂ ਹੈਗਾ ਤਾਂ ਅਗਲਾ ਸਵਾਲ ਹੈ ਹੁਣ ਇਸੇ ਸਵਾਲ ਦਾ ਹੁਣ ਆਪਾਂ ਐਲਸੀਐਮ ਫਾਈਂਡ ਆਊਟ ਕਰਦੇ ਹਾਂ ਦੇਖੋ ਐਲਸੀਐਮ ਕਿਵੇਂ ਹੋਊਗਾ ਐਲਸੀਐਮ ਬਾਰੀ ਕੀ ਕਰਨਾ ਹੁੰਦਾ ਜਿਹੜਾ ਵੱਧ ਤੋਂ ਵੱਧ ਵਾਰੀ ਆਇਆ ਹੁੰਦਾ ਜਿਵੇਂ 2 ਐ ਇਸ ਚ ਵੱਧ ਤੋਂ ਵੱਧ ਵਾਰ 1 ਵਾਰੀ ਆਇਆ ਇਧਰ ਆਇਆ ਹੀ ਨਹੀਂ ਤਾਂ 2 ਜਿਹੜਾ 1 ਵਾਰੀ ਆਇਆ ਉਹ ਵੱਧ ਵਾਰੀ ਆਇਆ ਆਪਾਂ ਉਹ 2 ਲਿਖਤਾ ਠੀਕ ਐ ਹੁਣ 5 ਐ ਇਧਰ ਦੋ ਵਾਰੀ ਆਇਆ ਇਧਰ ਵੀ ਦੋ ਵਾਰੀ ਆਇਆ ਤਾਂ ਇਹਦਾ ਮਤਲਬ 5 ਦੋ ਵਾਰ ਲਿਖਤਾ 1 ਐ ਇਧਰ ਇੱਕ ਵਾਰੀ ਐ ਇਧਰ ਵੀ ਇੱਕ ਵਾਰੀ ਐ ਇੱਕ ਵਾਰੀ ਲਿਖਤਾ ਹੁਣ ਆਪਣਾ ਇਹ ਆਨਸਰ ਆ ਗਿਆ ਹੁਣ ਆਨਸਰ ਦੇਖੋ ਗੁਣਾ ਕਿਵੇਂ ਕਰਨੀ ਐ ਤੁਸੀਂ ਇੱਥੇ ਗੁਣਾ ਕਰਨ ਵੇਲੇ ਬਹੁਤ ਗਲਤੀ ਕਰ ਜਾਂਦੇ ਹੋ ਪਹਿਲਾਂ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਨੀ ਐ ਤੋ ਤੁਹਾਡਾ ਆਨਸਰ ਆ ਜੂਗਾ 10 ਠੀਕ ਹੈ ਫਿਰ ਉਸ ਤੋਂ ਬਾਅਦ ਜਿੰਨਾ ਆਨਸਰ ਆ ਗਿਆ ਉਹਨੂੰ ਇਹਦੇ ਨਾਲ ਮਲਟੀਪਲਾਈ ਕਰੋਗੇ 5 ਨਾਲ ਠੀਕ ਹੈ ਤੁਹਾਡਾ ਆਨਸਰ ਆ ਜੂਗਾ 50 ਇਸ ਤਰ੍ਹਾਂ ਤੁਹਾਡਾ ਆਨਸਰ ਨਿਕਲੇਗਾ ਓਕੇ ਚਲੋ ਬਣਾ ਅਸੀਂ ਅਗਲਾ ਸਵਾਲ ਕਰਦੇ ਹਾਂ ਅਗਲਾ ਸਵਾਲ ਹੈ ਫਸਟ ਦਾ ਡੀਪਾਰਟ ਹੈ 9 ਹੈ 24 ਹੈ ਠੀਕ ਹੈ ਇਹ ਵੈਰੀ ਈਜ਼ੀ ਕੁਐਸਚਨ ਹੈ ਪਹਿਲਾਂ 3 ਨਾਲ ਡਿਵਾਈਡ ਕਰਾਂਗੇ 3 ਆ ਗਿਆ ਫਿਰ 3 ਨਾਲ ਡਿਵਾਈਡ ਕਰਾਂਗੇ 1 ਆ ਗਿਆ ਇੱਥੋਂ 3 ਨਾਲ ਡਿਵਾਈਡ ਕਰਾਂਗੇ 8 ਆ ਜਾਊਗਾ ਠੀਕ ਹੈ ਇੱਥੇ 2 ਨਾਲ ਡਿਵਾਈਡ ਕਰਾਂਗੇ 4 ਆ ਜਾਏਗਾ ਫਿਰ 2 ਨਾਲ ਡਿਵਾਈਡ ਕਰਾਂਗੇ 2 ਆ ਜਾਏਗਾ ਫਿਰ 2 ਨਾਲ ਡਿਵਾਈਡ ਕਰਾਂਗੇ ਤਾਂ 1 ਆ ਜਾਏਗਾ ਇਸ ਤਰ੍ਹਾਂ ਜਿਹੜੇ ਇਸ ਦਾ ਐਲਸੀਐਮ ਜਿਹੜਾ ਹੈਗਾ ਫਾਈਂਡ ਆਊਟ ਕਰਨਾ ਹੈ ਐਚਸੀਐਫ ਤਾਂ ਤੁਹਾਨੂੰ ਇੱਥੋਂ ਐਚਸੀਐਫ ਤਾਂ ਇਹ ਦੇਖੋ ਆ 3 ਆ ਗਿਆ 3 ਆ ਗਿਆ ਇੱਧਰ ਹੋਰ ਕੁਝ ਹੈ ਨਹੀਂਗਾ ਤਾਂ ਕਰਕੇ ਤੁਹਾਡਾ ਜਿਹੜਾ ਐਚਸੀਐਫ ਆਏਗਾ ਉਹ ਤਾਂ ਫਿਰ 3 ਆ ਜਾਏਗਾ ਜਿਹੜਾ ਦੋਨੇ ਪਾਸੇ ਕਾਮਨ ਹੈ ਠੀਕ ਹੈ ਹੁਣ ਐਲਸੀਐਮ ਦੇਖੋ ਐਲਸੀਐਮ ਬਾਰੇ ਦੇਖੋ ਇੱਥੇ 3 ਇੱਕ ਵਾਰੀ ਆਇਆ ਇਧਰ ਇਧਰ ਦੋ ਵਾਰੀ ਆਇਆ ਤਾਂ ਅਸੀਂ ਇਧਰ ਲਾ ਲਵਾਂਗੇ ਜਿਹੜਾ ਵੱਧ ਵਾਰੀ ਆਇਆ ਹੁੰਦਾ ਸੀ ਉਧਰ ਲਾ ਲੈਣਾ ਹੁੰਦਾ 3 ਦੋ ਵਾਰੀ ਆ ਗਿਆ ਹੁਣ 2 ਇਧਰ ਨਹੀਂ ਆਇਆ ਇਧਰ ਕਿੰਨੇ ਵਾਰੀ ਆਇਆ 1 2 3 ਵਾਰੀ ਆਇਆ 2 ਇਧਰ ਤਿੰਨ ਵਾਰੀ ਲਿਖਾਂਗੇ ਤਾਂ ਆਨਸਰ ਦੇਖੋ ਕਿੰਨਾ ਆਏਗਾ ਤੁਹਾਡਾ 3 3 9 9 2 18 18 2 36 ਤੇ 36 2 72 ਆਨਸਰ ਆ ਗਿਆ ਹਾਂਜੀ ਅੱਗੇ ਹੈ ਸੈਕੰਡ ਕੁਐਸਚਨ ਹੈ ਸੈਕੰਡ ਕੁਐਸਚਨ ਦੇ ਵਿੱਚ ਹੈਗਾ 4 8 ਐਂਡ 12 ਦਾ ਤੁਸੀਂ ਐਲਸੀਐਮ ਫਾਈਂਡ ਆਊਟ ਕਰਨਾ ਹੈ ਠੀਕ ਹੈ ਇਹ ਤੁਸੀਂ ਕਰ ਲਓਗੇ ਈਜ਼ੀ ਕੁਐਸਚਨ ਹੈ ਮੈਂ ਥੋੜਾ ਜਿਹਾ ਟਫ ਕੁਐਸਚਨ ਹੈ ਜਿਵੇਂ 3ਰਡ ਕੁਐਸਚਨ ਹੈ 3ਰਡ ਕੁਐਸਚਨ ਦੇ ਵਿੱਚ ਕੀ ਹੈਗਾ 32 ਐਂਡ 40 ਇਹ ਕੁਐਸਚਨ ਹੈ ਇਹ ਤੁਸੀਂ ਜਿਹੜਾ ਹੈਗਾ ਅਪਾਜ ਗੁਨਨਖੰਡ ਵਿਧੀ ਮਤਲਬ ਪ੍ਰਾਈਮ ਫੈਕਟਰ ਮੈਥਡ ਨਾਲ ਕਰਨਾ ਹੈ ਐਸੇ ਤਰ੍ਹਾਂ ਹੀ ਕਰਨਾ ਹੈ ਜਿਸ ਤਰ੍ਹਾਂ ਆਪਾਂ ਕਰ ਰਹੇ ਹਾਂ ਮੈਂ ਕਰਦੀ ਆਂ ਦੇਖੋ ਪਹਿਲਾਂ 2 ਨਾਲ ਡਿਵਾਈਡ ਕਰੋਗੇ 16 ਆ ਜਾਊਗਾ ਫਿਰ 2 ਨਾਲ ਡਿਵਾਈਡ ਕਰੋਗੇ 8 ਆ ਜਾਊਗਾ ਫਿਰ 2 ਨਾਲ ਫਿਰ ਭਾਗ ਕਰੋਗੇ 4 ਆ ਜਾਊਗਾ ਇਹਨੂੰ ਫਿਰ 2 ਨਾਲ ਭਾਗ ਕਰੋਗੇ 2 ਆ ਜਾਏਗਾ ਫਿਰ 2 ਨਾਲ ਭਾਗ ਕਰੋਗੇ 1 ਆ ਜਾਏਗਾ ਉਵੇਂ ਜਿਕਰ ਫਿਰ ਇਧਰੋਂ 2 ਨਾਲ ਭਾਗ ਕਰੋਗੇ 20 ਆ ਜਾਊਗਾ ਫਿਰ 2 ਨਾਲ ਭਾਗ ਕਰੋਗੇ 10 ਆ ਜਾਏਗਾ ਠੀਕ ਹੈ फिर दो भाग करोंगे पाँच आ जाएगा फिर भाग करोंगे एक आ जाऊगा हम देखो जे एच सी आउट करना है तो किस कॉमन आ रहा है इधर भी आ रहा इतने भी आ रहा इतने भी आ रहा इतने भी आ रहा इतने भी आ रहा होर कोई कॉमन नहीं है जोड़े कॉमन है आंसर आजगा आ वाला ठीक है आंसर कि आजा टू इंटू टू कि हो गया फोर फोर ना मल्टीप्लाई करों तो आज आंसर एट जिम्मे दो चार चार दूनी ਆਪ ਠੀਕ ਹੈ ਇਸ ਤਰ੍ਹਾਂ ਤੁਹਾਡਾ ਆਨਸਰ ਐਚ ਸੀ ਐਫ ਆ ਗਿਆ ਹੁਣ ਆਪਾਂ ਐਲ ਸੀ ਐਮ ਲਿਖਦੇ ਹਾਂ ਐਲ ਸੀ ਐਮ ਦੇਖੋ ਧਿਆਨ ਨਾਲ ਜਿਹੜਾ 2 ਹੈ ਇਧਰ ਤਿੰਨ ਵਾਰੀ ਆਇਆ ਐ ਇਧਰ 2 ਕਿੰਨੇ ਵਾਰੀ ਆਇਆ ਪੰਜ ਵਾਰੀ ਤਾਂ ਜਿਹੜਾ ਵੱਧ ਵਾਰੀ ਆਇਆ ਸੀ ਉਹ ਲਿਖਾਂਗੇ 2 2 2 2 2 ਪੰਜ ਵਾਰੀ ਲਿਖਤਾ ਠੀਕ ਹੈ ਆ ਦੇਖੋ ਪੰਜ ਵਾਰੀ ਲਿਖਤਾ ਹੁਣ 5 ਦੇਖੋ ਇਧਰ 5 ਇਹ ਪੰਜ ਸਿਰਫ ਇੱਕ ਵਾਰੀ ਆਇਆ ਇਧਰ 5 ਆਇਆ ਹੀ ਨਹੀਂ ਤਾਂ ਆ ਜਿਹੜਾ ਇੱਕ ਵਾਰੀ ਆਇਆ ਸੀ ਉਹ ਲਿਖ ਲਾਂਗੇ ਆ 1 ਦੋਨੇ ਪਾਸੇ ਇੱਕ ਇੱਕ ਵਾਰੀ ਆਇਆ ਸੀ ਉਹ ਲਿਖ ਲਾਂਗੇ ਚਲੋ ਹੁਣ ਅਸੀਂ ਆਨਸਰ ਲਿਖਦੇ ਆਂ ਦੇਖੋ ਇਹਨਾਂ ਨੂੰ ਸਾਰਿਆਂ ਨੂੰ ਗੁਣਾ ਕਰਕੇ ਤੁਹਾਡਾ ਆਨਸਰ ਕਿੰਨਾ ਆਜੂਗਾ 32 ਆਜੂਗਾ ਠੀਕ ਹੈ 32 ਨੂੰ ਫਿਰ ਅਸੀਂ 5 ਨਾਲ ਗੁਣਾ ਕਰਾਂਗੇ ਇਹ ਹੋ ਜੂਗਾ 5 2 10 5 3 15 ਤੇ ਇੱਕ 16 160 ਤੁਹਾਡਾ ਆਨਸਰ ਆ ਜਾਏਗਾ ਠੀਕ ਹੈ ਚਲੋ ਹੁਣ ਅਸੀਂ ਅਗਲਾ ਸਵਾਲ ਕਰਦੇ ਆਂ ਤੀਸਰੇ ਦਾ ਵੀ ਪਾਠ ਕਰਨੇ ਜਾ ਰਹੀ ਹਾਂ ਮੈਂ ਇਹਦੇ ਵਿੱਚ ਕੀ ਹੈ ਇੱਕ ਤਾਂ ਤੁਹਾਨੂੰ 24 ਦਿੱਤਾ ਹੋਇਆ ਹੈ ਇੱਕ ਤੁਹਾਨੂੰ 36 ਦਿੱਤਾ ਹੋਇਆ ਹੈ ਇਹ ਕਰਦੇ ਆਂ ਇਵੇਂ ਜਿੱਕਰ ਅਸੀਂ 24 ਦੇ ਪਹਿਲਾਂ ਫੈਕਟਰ ਬਣਾਵਾਂਗੇ 2 ਤੇ ਡਿਵਾਈਡ ਕਰਾਂਗੇ ਤਾਂ 12 ਆ ਜਾਊਗਾ ਫਿਰ 2 ਨਾਲ ਡਿਵਾਈਡ ਕਰਾਂਗੇ ਤਾਂ 6 ਆ ਜਾਏਗਾ ਫਿਰ 2 ਨਾਲ ਡਿਵਾਈਡ ਕਰਾਂਗੇ ਤਾਂ 3 ਆ ਜਾਏਗਾ ਫਿਰ 3 ਨਾਲ ਡਿਵਾਈਡ ਕਰਾਂਗੇ ਤਾਂ 1 ਆ ਜਾਏਗਾ ਇਹਨੂੰ 2 ਨਾਲ ਡਿਵਾਈਡ ਕਰਾਂਗੇ 18 ਆ ਜਾਏਗਾ 18 ਦੋ ਨਾਲ 36 ਹੁੰਦੇ ਠੀਕ ਹੈ ਫਿਰ ਦੋ ਨਾਲ ਡਿਵਾਈਡ ਕਰਾਂਗੇ 9 ਆ ਜਾਏਗਾ 3 ਨਾਲ ਡਿਵਾਈਡ ਕਰਾਂਗੇ 3 ਆ ਜਾਏਗਾ ਫਿਰ 3 ਨਾਲ ਡਿਵਾਈਡ ਕਰਾਂਗੇ ਤਾਂ 1 ਆ ਜਾਏਗਾ ਹੁਣ ਇਹਦਾ HCF ਆ ਜਿਹੜਾ ਕਿੰਨਾ ਆਊਗਾ ਦੇਖੋ ਜਿਹੜਾ ਦੋਨੇ ਪਾਸੇ ਕਾਮਨ ਆਇਆ 2 ਆ ਗਿਆ ਕਾਮਨ ਇਦਰੋਂ ਵੀ 2 ਆ ਗਿਆ ਕਾਮਨ ਇਦਰੋਂ ਆ 3 ਆ ਗਿਆ ਕਾਮਨ ਤਾਂ ਆਨਸਰ ਤੁਹਾਡਾ ਕੀ ਆ ਜੂਗਾ 2 2 3 2 2 3 ਕਿੰਨਾ ਆ ਜੂਗਾ 2 2 4 ਤੇ 4 3 12 ਆਨਸਰ ਆ ਜੂਗਾ 2 2 ਨੂੰ ਦੋਨਾਂ ਮਲਟੀਪਲਾਈ ਕਰੋਗੇ 4 ਆ ਜਿਗਾ 4 ਨੂੰ 3 ਨਾਲ ਮਲਟੀਪਲਾਈ ਕਰੋਗੇ 12 ਆਨਸਰ ਆ ਗਿਆ ਠੀਕ ਹੈ ਹੁਣ ਅਸੀਂ ਐਲਸੀਐਮ ਫਾਈਂਡ ਆਊਟ ਕਰਦੇ ਹਾਂ ਦੇਖੋ ਐਲਸੀਐਮ ਬਾਰੇ ਕੀ ਕਰਨਾ ਹੁੰਦਾ ਹੈ ਦੇਖੋ 2 ਵੱਧ ਤੋਂ ਵੱਧ ਇਧਰ ਕਿੰਨੇ ਵਾਰ ਆਇਆ 1 2 3 ਵਾਰੀ ਆਇਆ 2 1 2 ਇਧਰ ਸਿਰਫ 2 ਵਾਰ ਹੀ ਆਇਆ ਤਾਂ ਜਿਹੜਾ ਜਿੱਧਰ ਵੱਧ ਆਇਆ ਹੁੰਦਾ ਸੀ ਉਹ ਲਿਖਦੇ ਹੁੰਨੇ ਆ 2 2 2 ਤਿੰਨ ਵਾਰ ਲਿਖਤਾ ਹੁਣ ਇਧਰ ਜਿਹੜਾ 3 ਹੈ ਇਧਰ ਇੱਕ ਵਾਰ ਹੀ ਆਇਆ ਇਧਰ 3 ਕਿੰਨੇ ਵਾਰ ਹੀ ਆਇਆ 1 2 2 ਵਾਰ ਹੀ ਆਇਆ ਤਾਂ ਅਸੀਂ ਇਧਰ ਲਾ ਲਿਖਾਂਗੇ 3 3 1 ਇਧਰ ਵੀ ਇੱਕ ਵਾਰ ਹੀ ਆਇਆ ਇਧਰ ਵੀ ਇੱਕ ਵਾਰ ਹੀ ਆਇਆ ਠੀਕ ਹੈ ਤਾਂ ਹੁਣ ਆਨਸਰ ਦੇਖੋ ਕਿੰਨਾ ਆਊਗਾ 2 2 4 4 2 8 8 3 24 24 3 72 ਤਾਂ ਆਨਸਰ ਤੁਹਾਡਾ ਕਿੰਨਾ ਆ ਗਿਆ 72 ਆ ਗਿਆ 72 2 ਆ ਗਿਆ ਠੀਕ ਹੈ ਆਨਸਰ ਇੱਥੇ ਕੱਢਣ ਲੱਗੇ ਤੁਸੀਂ ਗਲਤੀ ਕਰ ਜਾਂਦੇ ਆਂ ਆਨਸਰ ਕਿਵੇਂ ਕੱਢਣਾ ਹੈ ਪਹਿਲਾਂ ਇਹਨੂੰ 2 ਨਾਲ ਮਲਟੀ 2 ਨੂੰ 2 ਨਾਲ ਮਲਟੀਪਲਾਈ ਕਰਨਾ ਹੈ 4 ਆ ਜਾਏਗਾ 4 ਨੂੰ ਫਿਰ 2 ਨਾਲ ਮਲਟੀਪਲਾਈ ਕਰਨਾ ਹੈ 8 ਆ ਜਾਏਗਾ 8 ਨੂੰ ਫਿਰ 3 ਨਾਲ ਮਲਟੀਪਲਾਈ ਕਰਨਾ ਹੈ 24 ਆ ਜਾਏਗਾ 24 ਨੂੰ ਫਿਰ 3 ਨਾਲ ਮਲਟੀਪਲਾਈ ਕਰਨਾ ਹੈ 72 ਆ ਜਾਏਗਾ ਠੀਕ ਹੈ 1 ਨਾਲ ਮਲਟੀਪਲਾਈ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਨੈਕਸਟ ਕੁਐਸਚਨ ਹੈ 3rd ਦਾ C ਪਾਰਟ ਹੈ 15 30 ਐਂਡ 45 ਇੱਥੇ ਵੀ ਤੁਸੀਂ ਜਿਹੜਾ ਹੈਗਾ ਹੁਣ ਸੇਮ ਮੈਥਡ ਹੀ ਲਗਾਉਂਗੇ ਮੈਂ ਸੇਮ ਮੈਥਡ ਤਾਂ ਲਗਾ ਰਹੀ ਆ ਤਾਂ ਕਿ ਤੁਹਾਨੂੰ ਐਚसीएफ ਕੱਢਣਾ ਵੀ ਸੌਖਾ ਹੋ ਜੇ ਤੇ ਐਲਸੀਐਮ ਕੱਢਣਾ ਵੀ ਸੌਖਾ ਹੋ ਜੇ ਇੱਕੋ ਮੈਥਡ ਨਾਲ ਦੋਨੇ ਸਵਾਲ ਨਿਕਲ ਰਏ ਆ ਤੁਹਾਡੇ ਤੁਹਾਨੂੰ ਪੇਪਰ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਤਾਂ ਇਹਨੂੰ ਤੁਸੀਂ ਪਹਿਲਾਂ 5 ਨਾਲ ਡਿਵਾਈਡ ਕਰੋਗੇ ਠੀਕ ਹੈ ਜਾਂ 3 ਨਾਲ ਕਰ ਲੈਨੇ ਚਲੋ ਸਭ ਤੋਂ ਪਹਿਲਾਂ ਛੋਟੇ ਪ੍ਰਾਈਮ ਨੰਬਰ ਨਾਲ ਹੀ ਕਰੀਦਾ ਹੁੰਦਾ 3 ਨਾਲ ਕਰਤਾ ਇੱਥੇ ਆਨਸਰ 5 5 ਆ ਗਿਆ ਇਹਨੂੰ ਫਿਰ 5 ਨਾਲ ਕਰੋਗੇ ਤਾਂ 1 ਆ ਗਿਆ ਇਨੂੰ ਫੇਰ 3 ਨਾਲ ਕਰ ਲੈਣੇ ਆ ਪਹਿਲਾਂ 15 ਆ ਜੂਗਾ ਫੇਰ 3 ਨਾਲ ਕਰੋਗੇ 5 ਆ ਜੂਗਾ ਫੇਰ 5 ਨਾਲ ਡਿਵਾਈਡ ਕਰੋਗੇ ਤਾਂ 1 ਆ ਜੂਗਾ ਇੱਥੇ ਦੇਖੋ ਇਹ 3 ਨਾਲ ਡਿਵਾਈਡ ਹੋ ਸਕਦਾ ਹੈ ਇੱਥੇ 15 ਆ ਜਾਏਗਾ ਫੇਰ ਫਿਰ ਇਹਨੂੰ 3 ਨਾਲ ਡਿਵਾਈਡ ਕਰੋਗੇ ਤਾਂ 5 ਆ ਜਾਏਗਾ ਫੇਰ ਇਹਨੂੰ 5 ਨਾਲ ਡਿਵਾਈਡ ਕਰੋਗੇ ਤਾਂ 1 ਆ ਜਾਏਗਾ ਤਾਂ ਹੁਣ ਦੇਖੋ ਇਹਨਾਂ ਤਿੰਨਾਂ ਦੇ ਵਿੱਚੋਂ ਕਾਮਨ ਜਿਹੜਾ ਬਣ ਰਿਹਾ ਆਪਣੇ ਕੋਲੇ 3 ਇੱਥੇ ਵੀ ਆ ਰਿਹਾ ਇੱਥੇ ਵੀ ਆ ਰਿਹਾ ਇੱਥੇ ਵੀ ਆ ਰਿਹਾ ਇਟ ਮੀਨਜ਼ ਐਚ ਸੀ ਐਫ ਹੈ ਜਿਹੜਾ ਉਹ ਤੁਹਾਡਾ 1+3 ਆਊਗਾ ਠੀਕ ਹੈ 1 ਆ 5 ਇੱਥੇ ਆ ਰਿਹਾ ਇੱਥੇ ਆ ਰਿਹਾ ਇੱਥੇ ਆ ਰਿਹਾ ਤੁਹਾਡਾ 5 ਆਊਗਾ 1 ਲਿਖਣਾ ਲਿਖ ਲੋ ਨਹੀਂ ਲਿਖਣਾ ਨਾ ਲਿਖੋ ਤਾਂ ਆਨਸਰ ਤੁਹਾਡਾ ਆ ਗਿਆ 15 ਐਚ ਸੀ ਐਫ ਦਾ ਫਾਈਂਡ ਆਊਟ ਹੋ ਗਿਆ ਹੁਣ ਆਪਾਂ ਐਲ ਸੀ ਐਮ ਫਾਈਂਡ ਆਊਟ ਕਰਦੇ ਹਾਂ ਐਲ ਸੀ ਐਮ ਵਾਰੀ ਦੇਖੋ 3 ਇੱਧਰ ਇੱਕ ਵਾਰੀ ਆਇਆ ਇੱਧਰ ਇੱਕ ਵਾਰੀ ਆਇਆ ਇੱਧਰ ਦੋ ਵਾਰੀ ਆਇਆ ਤਾਂ ਅਸੀਂ ਆਹ ਵਾਲਾ ਲਿਖਾਂਗੇ ਜਿਹੜਾ ਦੋ ਵਾਰੀ ਆਇਆ 3 3 ਠੀਕ ਹੈ ਹੁਣ 5 ਆ ਜਿਹੜਾ ਇੱਧਰ ਇੱਕ ਵਾਰੀ ਆਇਆ ਇੱਧਰ ਇੱਕ ਵਾਰੀ ਆ ਇੱਧਰ ਇੱਕ ਵਾਰੀ ਤਾਂ ਸਾਰੇ ਪਾਸੇ ਇੱਕ ਵਾਰੀ ਆਇਆ ਤਾਂ ਸਿੱਖ ਇੱਕ ਵਾਰ ਲਿਖ ਲਾਂਗੇ 2 ਆ ਜਿਹੜਾ ਇੱਥੇ ਇੱਕ ਵਾਰੀ ਆਇਆ ਇੱਥੇ ਆਇਆ ਨਹੀਂ ਇੱਥੇ ਆਏ ਨਹੀਂ ਆਹ ਵਾਲਾ ਲਿਖਾਂਗੇ ਫਿਰ ਅਸੀਂ ਜਿਹੜਾ ਵੱਧ ਤੋਂ ਵੱਧ ਆਇਆ ਹੁੰਦਾ ਜੇ ਇੱਧਰ ਉਹੀ ਲਿਖਣਾ ਹੁੰਦਾ ਜਿੰਨੇ ਵਾਰੀ ਆਇਆ ਹੁੰਦਾ ਵੱਧ ਤੋਂ ਵੱਧ ਤਾਂ ਆਨਸਰ ਜਿਹੜਾ ਤੁਹਾਡਾ ਕਿੰਨਾ ਆਊਗਾ ਦੇਖੋ 3 3 9 ਠੀਕ ਹੈ ਤੇ 9 5 45 45 ਦੋਨੋਂ 90 ਤਾਂ 90 ਆਨਸਰ ਆ ਗਿਆ ਤੁਹਾਡਾ ਠੀਕ ਹੈ ਅਗਲਾ ਸਵਾਲ ਹੈ आ, तीसरे का डी पार्ट है अगला की है फोर्टी फोर्टी फोर एंड फोर्टी एट यह सवाल थोड़ा जहा लंबा है ध्यान देखो की है पहला फोर्टी का एलसीएम लै रहे हैं अस इस तरह एलसीएम मतलब ये असं फैक्टर बना रहे हैं ਇਹ ਫੈਕਟਰੀ ਹੁੰਦੇ ਜਿਹੜੇ ਆਪਾਂ ਇੱਥੇ ਕੱਢਦੇ ਹੁੰਨੇ ਆਂ ਟੂ ਨਾਲ ਇਹਨੂੰ ਭਾਗ ਕਰਤੀ ਅਗਲਾ ਤੁਹਾਡਾ ਆਨਸਰ ਆ ਗਿਆ 20 ਫਿਰ ਦੋ ਨਾਲ ਇਹਨੂੰ ਭਾਗ ਕਰਤੀ ਆਨਸਰ ਆ ਗਿਆ 10 ਫਿਰ ਦੋ ਨਾਲ ਭਾਗ ਕਰੋਂਗੇ ਆਨਸਰ ਆਜੂ 5 ਫਿਰ 5 ਨਾਲ ਭਾਗ ਕਰੋਂਗੇ ਆਨਸਰ ਆਜੂ 1 ਇਸ ਤਰ੍ਹਾਂ ਫਿਰ ਇਹਨੂੰ 2 ਨਾਲ ਡਿਵਾਈਡ ਕਰੋਂਗੇ 22 ਆਜੂਗਾ 2 ਨਾਲ ਡਿਵਾਈਡ ਕਰੋਂਗੇ 11 ਆਜੂਗਾ ਫਿਰ 11 ਨਾਲ ਡਿਵਾਈਡ ਕਰੋਂਗੇ 1 ਆ ਜਾਏਗਾ ਇਹਨੂੰ 2 ਨਾਲ ਡਿਵਾਈਡ ਕਰੋਂਗੇ 24 ਆ ਜਾਏਗਾ ਇਹਨੂੰ 2 ਨਾਲ ਡਿਵਾਈਡ ਕਰੋਂਗੇ ਵੈਲਾ ਆ ਜਾਏਗਾ 2 ਨਾਲ ਡਿਵਾਈਡ ਕਰੋਂਗੇ 6 ਆ ਜਾਏਗਾ 2 ਨਾਲ ਡਿਵਾਈਡ ਕਰੋਂਗੇ 3 ਆ ਜਾਏਗਾ ਠੀਕ ਹੈ ਤਾਂ ਇਸ ਤਰ੍ਹਾਂ ਫਿਰ ਹੁਣ 3 ਨਾਲ ਫਿਰ ਕਰ ਦਿੰਨੇ ਆ ਹੁਣ ਦੇਖੋ ਅਸੀਂ ਇਹਦਾ ਐਚ ਸੀ ਐਫ ਲਿਖਦੇ ਆ ਪਹਿਲਾਂ ਇੱਥੇ ਵੀ 2 ਹੈਗਾ ਇੱਥੇ ਵੀ 2 ਹੈਗਾ ਇੱਥੇ ਵੀ 2 ਹੈਗਾ ਇੱਕ ਵਾਰ ਤਾਂ 2 ਆ ਗਿਆ ਹੁਣ ਆਹ ਵਾਲਾ 2 ਲਿਖਤਾ ਆਹ ਵਾਲਾ 2 ਦੋਨੋਂ ਲਿਖਤੇ ਹੁਣ 2 ਇੱਕ ਵਾਰੀ ਇੱਥੇ ਹੈਗਾ ਇੱਥੇ ਹੈ ਨਹੀਂ ਇੱਥੇ ਹੈ ਨਹੀਂ ਬਸ 2 ਹੋਰ ਹੈ ਨਹੀਂਗਾ ਫਾਈ ਵੀ ਹੋਏ ਹੋਰ ਕੋਈ ਕਾਮਨ ਨਹੀਂ ਹੈਗਾ ਆਨਸਰ ਤੁਹਾਡਾ ਹੀ ਆਏਗਾ ਕਿੰਨਾ ਆਏਗਾ ਆਨਸਰ 4 ਆਏਗਾ ਜਿਹੜਾ ਤਿੰਨਾਂ ਦੇ ਵਿੱਚ ਆ ਰਿਹਾ ਹੁੰਦਾ ਉਹ ਆਨਸਰ ਹੁੰਦਾ ਤਾਂ ਹੁਣ ਐਲਸੀਐਮ ਦੇਖੋ ਕਿਵੇਂ ਲਿਖਣਾ ਐਲਸੀਐਮ ਐਲਸੀਐਮ ਵਾਰੀ ਦੇਖੋ ਜਿਹੜਾ 2 ਹੈ ਇੱਥੇ ਕਿੰਨੇ ਵਾਰੀ ਆਇਆ 3 ਵਾਰੀ ਆਇਆ ਇੱਥੇ 2 ਵਾਰੀ ਆਇਆ ਇੱਥੇ 2 4 ਵਾਰੀ ਆਇਆ ਤਾਂ ਅਸੀਂ ਇਹ ਲਿਖਾਂਗੇ ਜਿਹੜਾ ਵੱਧ ਤੋਂ ਵੱਧ ਆਇਆ ਹੁੰਦਾ 2 2 2 2 ਚਾਰ ਵਾਰੀ 2 ਲਿਖਣਾ ਕਿਉਂਕਿ ਇੱਥੇ ਜਿਹੜਾ ਸਭ ਤੋਂ ਵੱਧ ਵਾਰੀ ਆਇਆ ਉਹ ਇਹਦੇ 'ਚ ਆਇਆ ਇਹਦੇ ਵੱਲ ਲਿਖਾਂਗੇ ਹੁਣ ਜਿਹੜਾ 3 ਹੈ ਇੱਥੇ ਇੱਕ ਵਾਰੀ ਆਇਆ ਇੱਥੇ ਆਇਆ ਨਹੀਂ ਇੱਥੇ ਵੀ ਨਹੀਂ ਆਇਆ ਤਾਂ ਇਹੀ ਲਿਖਾਂਗੇ ਠੀਕ ਹੈ ਹੁਣ 5 ਹੈ ਜਿਹੜਾ ਇੱਥੇ ਇੱਕ ਵਾਰੀ ਆਇਆ ਇੱਥੇ ਆਇਆ ਨਹੀਂ ਇੱਥੇ ਵੀ ਨਹੀਂ ਆਇਆ ਤਾਂ ਆਹ ਵਾਲਾ ਲਿਖਾਂਗੇ 5 11 ਹੈ ਜਿਹੜਾ ਆਹ ਵਾਲਾ ਲਿਖਾਂਗੇ ਕਿਉਂਕਿ 11 ਸਿਰਫ ਇੱਥੇ ਆਇਆ ਇੱਥੇ ਵੀ ਨਹੀਂ ਆਇਆ ਇੱਥੇ ਵੀ ਨਹੀਂ ਆਇਆ ਇੱਥੇ ਆਇਆ ਇੱਥੇ ਸਿਰਫ ਇੱਕ ਵਾਰੀ ਆਇਆ 11 ਅਸੀਂ ਇੱਕ ਵਾਰ ਲਿਖ ਲਾਂਗੇ 1 ਲਿਖਣਾ ਲਿਖ ਲੋ ਨਹੀਂ ਲਿਖਣਾ ਨਾ ਲਿਖੋ ਤੁਹਾਡੀ ਮਰਜ਼ੀ ਹੈ ਚਲੋ ਹੁਣ ਆਪਾਂ ਅਨਸਰ ਕੱਢਦੇ ਹਾਂ ਦੇਖੋ 2 2 4 2 8 8 2 16 ਤੇ ਇਹ ਹੋ ਗਏ ਤੁਹਾਡੇ ਠੀਕ ਹੈ ਤੇ 16 48 ਹੋ ਗਿਆ ਤੇ ਆਪਾਂ 55 ਹੋ ਗਿਆ 11ਵਾਂ 55 55 ਇੱਥੋਂ ਦੀ ਕਰ 48 ਹੋ ਗਿਆ ਇੱਥੋਂ ਦੀ ਕਰ 55 ਹੋ ਗਿਆ ਤਾਂ ਇਹਨਾਂ ਦੀ ਆਪਾਂ ਗੁਣਾ ਕਰਨੀ ਹੈ ਹੁਣ ਅ 48 ਦੀ 55 ਨਾਲ ਗੁਣਾ ਕਰਨੀ ਹੈ ਤਾਂ ਗੁਣਾ ਕਰ ਦਿੰਨੇ ਆਪਾਂ ਹੁਣ ਕਿੰਨਾ ਆ ਜੂਗਾ 5 8 40 5 4 20 20 4 24 ਠੀਕ ਹੈ आ लो तो आंसर आ गया ठीक है कि आ गया टू थाउजेंड सिक्स हंड्रड एंड फोर्टी यलसीयम आ गया अगला क्वेश्चन है अगला क्वेश्चन जोड़ा वह डिफरेंट है फोर्थ क्वेश्चन है इतने भाग विधि लानी है मतलब डिवीजन मैथड लगा कलसीयम है, है इतने भी एलसीयम फाइंड आउट करना है बट डिवीजन मैथड न क्ढना है तो डिवीजन मैथडी हों ਇੱਥੇ ਤਾਂ ਤੁਸੀਂ ਅਲੱਗ-ਅਲੱਗ ਤਿੰਨਾਂ ਦੇ ਇਸ ਤਰ੍ਹਾਂ ਲਘੁਤਮ ਕੱਢੇ ਸੀ ਇਹਨਾਂ ਦੇ ਅਲੱਗ-ਅਲੱਗ ਕੱਢੇ ਸੀ ਡਿਵੀਜ਼ਨ ਮੈਥਡ ਦੇ ਵਿੱਚ ਤੁਸੀਂ ਇਕੱਠਾ ਹੀ ਕੱਢਣਾ ਹੁੰਦਾ ਹੈ। ਮਤਲਬ ਦੋਨਾਂ ਦਾ ਇਕੱਠਾ ਲਘੁਤਮ ਕੱਢਣਾ ਹੁੰਦਾ ਹੈ। ਵੀ ਇੱਥੇ ਤਾਂ ਤੁਸੀਂ ਅਲੱਗ-ਅਲੱਗ ਡਿਵਾਈਡ ਕਰਿਆ ਸੀ ਵੀ 2 ਨਾਲ ਡਿਵਾਈਡ ਕੀਤਾ ਫਿਰ ਇਹਨੂੰ 2 ਨਾਲ ਡਿਵਾਈਡ ਕੀਤਾ ਐਂਡੂਲ ਅਲੱਗ-ਅਲੱਗ ਕੀਤਾ ਸੀ। ਇਹਦੇ ਵਿੱਚ ਕੀ ਹੁੰਦਾ ਇਕੱਠਾ ਹੀ ਡਿਵਾਈਡ ਕਰਨਾ ਹੈ ਜਿਹੜਾ ਦੋਨਾਂ ਨਾਲ ਕਰਨਾ ਹੈ ਇਕੱਠਾ ਹੀ ਡਿਵਾਈਡ ਕਰਨਾ ਹੈ ਜਿਵੇਂ ਆਪਾਂ ਜਿਹੜਾ ਦੋਨਾਂ ਦੇ ਵਿੱਚ ਕਾਮਨ ਹੋਵੇ ਕੋਈ ਡਿਜੀਟ ਜਿਵੇਂ ਹੁਣ ਆਹ ਜਿਹੜਾ ਹੈਗਾ 5 ਦੇ ਟੇਬਲ ਦੇ ਵਿੱਚ ਆਉਂਦੇ ਆ ਦੋਨੋਂ ਨੰਬਰ ਤਾਂ ਤੁਸੀਂ ਇਹਨੂੰ 5 ਨਾਲ ਡਿਵਾਈਡ ਕਰੋਗੇ ਤੁਸੀਂ ਇਹਨੂੰ 2 ਨਾਲ ਨਹੀਂ ਡਿਵਾਈਡ ਕਰਨਾ ਕਿਉਂਕਿ ਜਦੋਂ ਅਸੀਂ ਅਲੱਗ-ਅਲੱਗ ਐਲਸੀਐਮ ਕੱਢਦੇ ਹੁੰਨੇ ਆ ਉਹਦੇ ਤਾਂ ਆਪਣੀ ਮਰਜ਼ੀ ਆ ਆਪਾਂ ਜਦੋਂ ਆਪਾਂ ਇਹਦਾ ਅਲੱਗ ਕੱਢਾਂਗੇ ਫਿਰ ਤਾਂ ਆਪਾਂ ਇੱਥੇ 3 ਨਾਲ ਡਿਵਾਈਡ ਕਰ ਲਾਂਗੇ ਇਹਨੂੰ ਇਹਨੂੰ 2 ਨਾਲ ਐਡ ਕਰ ਲਾਂਗੇ ਹਨਾ ਪਰ ਆਪਾਂ ਹੁਣ ਕੀ ਕਰਨਾ ਹੈ ਜਿਹੜਾ ਦੋਨਾਂ ਦੇ ਜਿਹੜਾ ਕੋਈ ਇਹੋ ਜਿਹਾ ਟੇਬਲ ਲਾਵਾਂਗੇ ਆਪਾਂ ਡਿਜੀਟ ਲਾਵਾਂਗੇ ਜਿਹਦੇ ਵਿੱਚ ਇਹ ਦੋਨੋਂ ਆਉਂਦੇ ਹੋਣ ਜਿਹਦੇ ਟੇਬਲ ਵਿੱਚ ਤਾਂ 5 ਦੇ ਟੇਬਲ ਵਿੱਚ ਇਹ ਦੋਨੋਂ ਆਉਂਦੇ ਆ ਤਾਂ ਕਰਕੇ ਇਹਨੂੰ ਅਸੀਂ 5 ਨਾਲ ਹੀ ਡਿਵਾਈਡ ਕਰਾਂਗੇ ਹੁਣ ਤਾਂ ਇੱਥੇ ਆਪਾਂ 15 ਨੂੰ ਜੇ ਦਾ 5 ਨਾਲ ਡਿਵਾਈਡ ਕਰਾਂਗੇ ਆਨਸਰ ਆ ਜਾਊਗਾ 3 ਠੀਕ ਹੈ ਹੁਣ 20 ਨੂੰ 5 ਨਾਲ ਡਿਵਾਈਡ ਕਰਾਂਗੇ ਤਾਂ ਆਨਸਰ ਕਿੰਨਾ ਆ ਜਾਊਗਾ 4 ਠੀਕ ਹੈ ਪਹਿਲਾਂ 15 ਨੂੰ 5 ਨਾਲ ਭਾਗ ਕਰਨੀ ਹੈ 3 ਉੱਤਰ ਆ ਜਾਊਗਾ ਫਿਰ 20 ਨੂੰ 5 ਨਾਲ ਭਾਗ ਕਰਨੀ ਹੈ 4 ਉੱਤਰ ਆ ਜਾਊਗਾ ਤਾਂ ਹੁਣ ਕੋਈ ਇਹੋ ਜਿਹਾ ਟੇਬਲ ਆਪਣੇ ਕੋਲ ਇਹੋ ਜਿਹਾ ਪਹਾੜਾ ਨਹੀਂ ਹੈਗਾ ਜਿਹਦੇ ਵਿੱਚ ਆ ਦੋਨੇ ਆਉਂਦੇ ਹੋਣਗੇ ਤਾਂ ਤੁਹਾਡਾ ਸਵਾਲ ਇੱਥੇ ਖਤਮ ਹੋ ਗਿਆ ਨਹੀਂ ਆਉਂਦੇ ਕੋਈ ਵੀ ਇਹੋ ਜਿਹਾ ਪਹਾੜਾ ਨਹੀਂ ਹੈਗਾ ਜਿਹਦੇ ਵਿੱਚ ਆ ਦੋਨੇ ਆਉਂਦੇ ਹੋਣ ਤਾਂ ਇਸ ਤੋਂ ਬਾਅਦ ਇਹ ਆਪਾਂ ਨੂੰ ਸਵਾਲ ਕਰਨ ਦੀ ਲੋੜ ਨਹੀਂ ਹੁਣ ਕੀ ਕਰਨਾ ਹੈ ਐਲਸੀਐਮ ਫਾਈਂਡ ਆਊਟ ਕਰਨਾ ਹੈ ਕੀ ਕਰੋਗੇ ਇੱਕ ਤਾਂ ਤੁਸੀਂ ਆ ਲਿਖ ਲਓਗੇ ਜਿਹੜੇ ਬਾਹਰਲੀ ਸਾਈਡ ਤੇ ਆਏ ਹੁੰਦੇ ਉਹ ਲਿਖਨੇ ਹੁੰਦੇ ਆ ਇੱਕ ਤਾਂ 5 ਲਿਖ ਲਓਗੇ ਇੱਕ ਆ 3 ਲਿਖ ਲਓਗੇ ਇੱਕ ਆ 4 ਲਿਖ ਲਓਗੇ ਇਹਨਾਂ ਦੀ ਮਲਟੀਪਲਾਈ ਕਰ ਦੋਗੇ ਤਾਂ ਤੁਹਾਡਾ ਆਨਸਰ ਆ ਜਾਏਗਾ ਠੀਕ ਹੈ ਕੀ ਆਊਗਾ 5 3 15 ਇਹ 15 ਚੌਕੀ 60 ਅਨਸਰ ਆ ਗਿਆ 5 ਨੂੰ 3 ਨਾਲ ਮਲਟੀਪਲਾਈ ਕਰੋਗੇ ਫਿਰ ਉਹਨੂੰ 4 ਨਾਲ ਮਲਟੀਪਲਾਈ ਕਰੋਗੇ ਤਾਂ ਅਨਸਰ ਤੁਹਾਡਾ ਆ ਗਿਆ 60 ਠੀਕ ਹੈ ਤਾਂ ਇਵੇਂ ਜਿਕੇਰੀ ਆਪਾਂ ਅਗਲਾ ਸਵਾਲ ਕਰਦੇ ਹਾਂ ਚੌਥੇ ਦਾ ਬੀ ਪਾਰਟ ਹੈ 12 ਦਾ ਤੇ 38 ਦਾ ਤੁਸੀਂ ਐਲਸੀਐਮ ਫਾਈਂਡ ਆਊਟ ਕਰਨਾ ਹੈ ਇਹ ਵੀ ਇਕੱਠਾ ਹੀ ਫਾਈਂਡ ਆਊਟ ਕਰਨਾ ਹੈ ਵੀ ਤੁਸੀਂ ਇਨੂੰ ਕੋਈ ਇਹੋ ਜਿਹਾ ਡਿਜੀਟ ਲੱਭਣਾ ਹੈ ਜਿਹਦੇ ਟੇਬਲ ਵਿੱਚ ਇਹ ਦੋਨੋਂ ਆਉਂਦੇ ਹੋਣ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਦੇਖੋ ਇਹਦੇ ਪਿੱਛੇ 2 ਐ ਇਹਦੇ ਪਿੱਛੇ 8 ਐ ਦੋਨੇ ਪਿੱਛੇ ਈਵਨ ਨੰਬਰ ਹੈ ਇਟ ਮੀਨਸ 2 ਨਾਲ ਤਾਂ ਡਿਵਾਈਡ ਹੋਈ ਜਾਊਗਾ ਇਹ ਠੀਕ ਹੈ ਕਿਉਂਕਿ ਜਿਹਦੇ ਪਿੱਛੇ ਈਵਨ ਨੰਬਰ ਹੁੰਦਾ ਉਹ ਈਵਨ ਨੰਬਰ ਮਤਲਬ ਜਿਸ ਤਰ੍ਹਾਂ ਆ ਦੋਨੇ ਜਿਸ ਤਰ੍ਹਾਂ ਸੰਖਿਆਵਾਂ ਹੈ ਤਾਂ ਇਹ ਦੋ ਦੇ ਭਾੜੇ ਵਿੱਚ ਤਾਂ ਆਉਂਦੀਆਂ ਹੀ ਆਉਂਦੀਆਂ ਤਾਂ ਦੋ ਨਾਲ ਇਹਨੂੰ ਭਾਗ ਕਰਦੇ ਆਪਾਂ 12 ਨੂੰ ਦੋ ਨਾਲ ਭਾਗ ਕਰਾਂਗੇ 6 ਆਨਸਰ ਆਜੂਗਾ ਠੀਕ ਹੈ 38 ਨੂੰ ਦੋ ਨਾਲ ਭਾਗ ਕਰੋਗੇ ਤਾਂ ਆਨਸਰ ਆਜੂਗਾ 19 ਹੁਣ 19 ਆਪਣੇ ਕੋਲ ਪ੍ਰਾਈਮ ਨੰਬਰ ਹੈ 19 ਕਿਸੇ ਦੇ ਭਾੜੇ 'ਚ ਨਹੀਂ ਆਉਂਦਾ ਠੀਕ ਹੈ ਤੇ ਜਿਹੜਾ 6 ਹੈ ਉਹ ਆਉਂਦਾ ਹੈ 2 ਦੇ ਭਾੜੇ 'ਚ ਤਾਂ ਫਿਰ ਸਾਨੂੰ ਇਸ ਤਰ੍ਹਾਂ ਦਾ ਕੋਈ ਨੰਬਰ ਲੈਣਾ ਪਊ ਇੱਥੇ ਜਿਹਦੇ ਭਾੜੇ 'ਚ ਦੋਨੇ ਆਉਂਦੇ ਹੋਣ ਤਾਂ 19 ਹੈ ਜਿਹੜਾ ਕਿਸੇ ਦੇ ਭਾੜੇ 'ਚ ਆਉਂਦਾ ਹੀ ਨਹੀਂ ਤਾਂ ਕਰਕੇ ਸਵਾਲ ਇੱਥੇ ਛੱਡਣਾ ਪਊਗਾ ਆਪਾਂ ਨੂੰ ਇਹ ਦੂਗਾ ਕਰਨ ਦੀ ਲੋੜ ਨਹੀਂ ਤਾਂ ਹੁਣ ਗੁਣਾ ਕਰਾਂਗੇ ਹੁਣ ਅਸੀਂ ਐਲਸੀਐਮ ਕੱਢਾਂਗੇ ਐਲਸੀਐਮ ਬਾਰੇ ਕੀ ਕਰੋਂਗੇ ਕਿ ਤਾਂ 8 ਗੁਲਾ ਲੈ ਲੋਂਗੇ 21 6 ਲੈ ਲੋਂਗੇ 1 ਆਹ 19 ਲੈ ਲੋਂਗੇ ਇਹਨਾਂ ਤਿੰਨਾਂ ਦੀ ਗੁਣਾ ਕਰ ਦੋਂਗੇ की हो जाएगा छे दूनी बारह हो जाएगी बारह ना गुणा करनी है बारह करनी है इतने अपना गुणा कर देंगे उन्नीस दूना अठती आंसर आ दो सौ अठाई ठीक है चलो जी हम अस अगला सवाल कर दे अगला सवाल है चौथे का सी पार्ट है ती ਇੱਕ ਤਾਂ 30 ਹੈ 45 ਹੈ 1 50 ਹੈ ਇਹਨੂੰ ਆਪਾਂ ਦੇਖੋ ਆ ਵੀ ਇਵਨ ਨੰਬਰ ਆ ਆ ਵੀ ਇਵਨ ਨੰਬਰ ਆ ਆ ਆਰਡ ਨੰਬਰ ਹੈ ਤਾਂ ਘੱਟ ਤੋਂ ਘੱਟ ਦੋ ਨੰਬਰ ਇਹ ਜੇ ਇੱਥੇ ਹੋਣੇ ਚਾਹੀਦੇ ਆ ਜਿਹੜੇ ਇਹਦੇ ਟੇਬਲ ਚ ਆਉਂਦੇ ਹੋਣ ਜੇ ਇੱਥੇ ਦੋ ਨੰਬਰ ਇਹ ਜੇ ਹੈਗੇ ਜਿਹੜੇ ਇਹਦੇ ਟੇਬਲ ਚ ਆਉਂਦੇ ਹਨ ਤਾਂ ਤੁਸੀਂ ਇਹਦੇ ਨਾਲ 2 ਨਾਲ ਇਹਨੂੰ ਡਿਵਾਈਡ ਕਰ ਸਕਦੇ ਹੋ ਦੇਖੋ ਇਹਨੂੰ 30 ਨੂੰ 2 ਨਾਲ ਭਾਗ ਕਰੋਗੇ ਠੀਕ ਹੈ 30 ਨੂੰ 2 ਨਾਲ ਡਿਵਾਈਡ ਕਰੋਗੇ ਆਨਸਰ ਆਊਗਾ 15 ਆ ਜਿਹੜਾ 45 ਹੈ ਉਹਨੂੰ ਅਸੀਂ 2 ਨਾਲ ਡਿਵਾਈਡ ਨਹੀਂ ਕਰ ਸਕਦੇ ਕਿਉਂਕਿ ਇਹ ਆਰਡ ਨੰਬਰ ਹੈ ਇਹਨੂੰ ਉਵੇਂ ਜਿਕਰ ਉਤਾਰ ਲਾਂਗੇ ਜਿਹੜਾ 45 ਐ ਉਹੋ 2 ਦੇ ਭਾੜੇ 'ਚ ਨਹੀਂ ਆਉਂਦਾ ਕਿਉਂਕਿ ਇਹ ਟਾਂਕ ਸੰਖਿਆ ਹੈ ਠੀਕ ਹੈ ਜਿਸ ਤਰ੍ਹਾਂ ਸੰਖਿਆਵਾਂ ਜਿਹੜੀਆਂ ਉਹ 2 ਦੇ ਭਾੜੇ 'ਚ ਆਉਂਦੀਆਂ ਹੁਣ ਇਹਨੂੰ 50 ਨੂੰ 2 ਨਾਲ ਭਾਗ ਕਰੋਗੇ ਤਾਂ 25 ਉੱਤਰ ਆ ਜਾਊਗਾ ਹੁਣ ਦੇਖੋ ਤਿੰਨਾਂ ਦੇ ਪਿੱਛੇ ਪਾਂ ਜਾ ਹੈਗਾ ਤਾਂ ਕਰਕੇ ਇਹ 5 ਦੇ ਭਾੜੇ 'ਚ ਆਉਣਗੀਆਂ ਠੀਕ ਹੈ ਇਹਨੂੰ 15 ਨੂੰ 5 ਨਾਲ ਭਾਗ ਕਰੋਗੇ ਆਨਸਰ 3 ਆ ਜਾਊਗਾ 45 ਨੂੰ 5 ਨਾਲ ਭਾਗ ਕਰੋਗੇ ਆਨਸਰ 9 ਆ ਜਾਊਗਾ 25 ਨੂੰ 5 ਨਾਲ ਭਾਗ ਕਰੋਗੇ ਆਨਸਰ ਆ ਜਾਊਗਾ 5 ਤਾਂ ਹੁਣ ਦੇਖੋ ਆਹ ਆਹ ਤਿੰਨ ਦੇ ਭਾੜੇ 'ਚ ਆਉਂਦਾ ਆ ਵੀ ਤਿੰਨ ਦੇ ਭਾੜੇ 'ਚ ਆਉਂਦਾ ਆਪਾਂ ਇਹਨੂੰ ਤਿੰਨ ਦੇ ਭਾੜੇ ਤੇ ਹੀ ਡਿਵਾਈਡ ਕਰ ਦਿੰਨੇ ਆ ਇਹਨੂੰ ਤਿੰਨ ਨਾਲ ਡਿਵਾਈਡ ਕਰਾਂਗੇ 1 ਆ ਜੂਆ ਇਹਨੂੰ ਤਿੰਨ ਨਾਲ ਡਿਵਾਈਡ ਕਰਾਂਗੇ 3 ਆ ਜੂਆ 8 ਡਿਵਾਈਡ ਨਹੀਂ ਹੁੰਦਾ ਤਿੰਨ ਦੇ ਨਾਲ ਤਾਂ ਕਰਕੇ ਇਹਨੂੰ ਉਵੇਂ ਹੀ ਲਿਖ ਦਾਂਗੇ ਤਾਂ ਹੁਣ ਤੁਹਾਡੇ ਕੋਲ ਇੱਥੇ ਦੋਨੇ ਪ੍ਰਾਈਮ ਨੰਬਰ ਬਚ ਗਏ ਤਾਂ ਹੁਣ ਇਹ ਜੇ ਇੱਥੇ ਕੋਈ ਨੰਬਰ ਨਹੀਂ ਲਿਖ ਸਕਦੇ ਜਿਹਦੇ ਭਾੜੇ ਤੇ ਇਹ ਦੋਨੇ ਆਉਂਦੇ ਹੋਣਗੇ ਤਾਂ ਕਰਕੇ ਸਵਾਲ ਆਪਣਾ ਇੱਥੇ ਖਤਮ ਹੋ ਗਿਆ ਹੁਣ ਆਪਾਂ ਐਲਸੀਐਮ ਲਿਖਦੇ ਹਾਂ ਆਨਸਰ ਲਿਖਦੇ ਹਾਂ ਦੇਖੋ ਇੱਕ ਤਾਂ ਆ ਆ ਲਿਖਾਂਗੇ 2 ਇੱਕ ਆਹ ਵਾਲਾ 5 ਲਿਖਾਂਗੇ ਇੱਕਾਂ ਵਾਲਾ 3 ਲਿਖਾਂਗੇ ਇਕ ਆ ਵਾਲਾ 1 ਲਿਖਾਂਗੇ ਇੱਕ ਆ ਵਾਲਾ 3 ਲਿਖਾਂਗੇ ਇੱਕ ਆ ਵਾਲਾ 5 ਲਿਖਾਂਗੇ ਹੁਣ ਅਸੀਂ ਆਨਸਰ ਕੱਢਾਂਗੇ ਆ ਦੇਖੋ 5 ਦੋਣੀ 10 10 ਨੂੰ 3 ਨਾਲ ਕਿੰਤਾ 10 3 30 30 ਤਾਂ ਇਹ ਹੋ ਗਏ ਠੀਕ ਹੈ ਇਧਰੋਂ 3 5 15 ਹੋ ਜਾਣਗੇ ਇਹਨੂੰ 15 ਨਾਲ ਗੁਣਾ ਕਰ ਦਾਂਗੇ ਇਹ ਹੋ ਜਾਊਗਾ 15 10 45 ਤੇ 0 ਤਾਂ ਤੁਹਾਡਾ ਆਨਸਰ ਕਿੰਨਾ ਆਜੂਗਾ 450 ਆ ਗਿਆ ਚਲੋ ਜੀ ਅਗਲਾ ਸਵਾਲ ਕਰਦੇ ਹਾਂ 40 68 ਐਂਡ 60 ਇਹਨਾਂ ਤਿੰਨਾਂ ਦਾ ਤੁਸੀਂ ਇਹ ਆਪਾਂ ਜਿਹੜਾ ਕਰ ਕਰ ਰਹੇ ਹਾਂ ਇਹ ਡਿਵੀਜ਼ਨ ਮੈਥਡ ਦੇ ਨਾਲ ਐਲਸੀਐਮ ਕਰ ਰਹੇ ਹਾਂ ਤਾਂ ਪਹਿਲਾਂ ਅਸੀਂ ਜਿਹੜਾ ਕੀਤਾ ਸੀ ਉਹ ਪ੍ਰਾਈਮ ਫੈਕਟੋਰਾਇਜ਼ੇਸ਼ਨ ਮੈਥਡ ਨਾਲ ਅਪਾਜ ਗੁਣਨਖੰਡ ਵਿਧੀ ਨਾਲ ਜਿਹੜਾ ਹੈਗਾ ਲਘੁਤਮ ਕੱਢਿਆ ਸੀ ਜਦੋਂ ਅਸੀਂ ਤਿੰਨੇ ਰਕਮਾਂ ਦਾ ਅਲੱਗ-ਅਲੱਗ ਲਘੁਤਮ ਕੱਢ ਕੇ ਕਰਦੇ ਹੁੰਦੇ ਆ ਉਹ ਅਪਾਜ ਗੁਣਨਖੰਡ ਵਿਧੀ ਹੁੰਦੀ ਹੈ ਜਦੋਂ ਅਸੀਂ ਇਕੱਠਾ ਹੀ ਕੱਢ ਰਹੇ ਹਾਂ ਇਹ ਭਾਗ ਵਿਧੀ ਹੈ ਤਾਂ ਹੁਣ ਦੋ ਨਾਲ ਡਿਵਾਈਡ ਕਰਾਂਗੇ ਇੱਥੇ ਕਿੰਨਾ ਆਜੂਗਾ 20 ਆਜੂਗਾ ਇਹਨੂੰ ਦੋਨਾਂ ਡਿਵਾਈਡ ਕਰਾਂਗੇ ਇੱਥੇ 34 ਆ ਜੂਗਾ ਇਹਨੂੰ ਦੋਨਾਂ ਡਿਵਾਈਡ ਕਰਾਂਗੇ 2 ਆ ਜੂਗਾ ਫਿਰ ਦੋ ਤੇ ਡਿਵਾਈਡ ਕਰਾਂਗੇ 10 ਆ ਜੂਗਾ 17 ਆ ਜੂਗਾ 15 ਆ ਜੂਗਾ ਠੀਕ ਹੈ ਹੁਣ 17 ਆਪਾਂ ਪਤਾ ਹੈ ਅਭਾਜ ਸੰਖਿਆ ਹੈ ਤਾਂ ਕਿਸੇ ਦੇ ਭਾੜੇ ਚ ਆਉਂਦੀ ਨਹੀਂ ਜਿਹੜਾ 10 ਹੈ ਤੇ 15 ਹੈਗਾ ਇਹ 5 ਦੇ ਭਾੜੇ ਚ ਆਉਂਦੇ ਤਾਂ ਕਰਕੇ ਇਹਨੂੰ ਅਸੀਂ 5 ਨਾਲ ਡਿਵਾਈਡ ਕਰਾਂਗੇ ਇੱਥੇ ਆਨਸਰ ਆ ਜੂਗਾ 2 ਇੱਥੇ 17 ਦਾ 17 ਹੀ ਰਹਿ ਜੂਗਾ ਇੱਥੇ ਆ ਜੂ ਆਨਸਰ 3 ਤਾਂ ਹੁਣ ਆ ਵੀ ਪ੍ਰਾਈਮ ਹੈ ਆ ਵੀ ਪ੍ਰਾਈਮ ਹੈ ਆ ਵੀ ਪ੍ਰਾਈਮ ਹੈ ਤਿੰਨੇ ਅਭਾਜ ਸੰਖਿਆਵਾਂ ਆ ਗਈਆਂ ਤਾਂ ਕਰਕੇ ਦੂਵਾ ਦੇ ਸਵਾਲ ਖਤ ਪਹਿਲਾਂ 2 ਲਿਖਾਂਗੇ ਫਿਰ 2 ਲਿਖਾਂਗੇ ਫਿਰ ਆ 5 ਲਿਖਾਂਗੇ ਫਿਰ 2 ਲਿਖਾਂਗੇ ਫਿਰ 17 ਲਿਖਾਂਗੇ ਫਿਰ 3 ਲਿਖਾਂਗੇ ਤਾਂ ਇਸ ਤਰ੍ਹਾਂ ਇਹਨਾਂ ਸਾਰਿਆਂ ਦੀ ਆਪਾਂ ਕਰਾਂਗੇ ਹੁਣ ਗੁਣਾ ਕਿ ਆਜੂਗਾ 2 ਦੁਨੀ 4 ਤੇ 4 5 20 20 ਦੁਨਾ 40 ਇਧਰੋਂ ਕਿੰਨਾ ਹੋਜੂਗਾ 17 3 51 51 ਨੂੰ ਅਸੀਂ 40 ਦੇ ਨਾਲ ਗੁਣਾ ਕਰ ਦਾਂਗੇ 0 ਦੀ 0 ਲੱਗ ਜੂ 4 1 4 ਤੇ 4 5 20 ਤਾਂ ਤੁਹਾਡਾ ਆਨਸਰ ਕਿੰਨਾ ਆ ਗਿਆ 2040 ਆਨਸਰ ਆ ਗਿਆ 2000 ਐਂਡ 40 ਅਨਸਰ ਆ ਜੂਗਾ ਠੀਕ ਹੈ ਤਾਂ ਹੁਣ ਅਗਲਾ ਸਵਾਲ ਹੈ ਜਿਹੜਾ ਉਹ ਲੰਬੀ ਸਟੇਟਮੈਂਟ ਵਾਲਾ ਹੈ ਉਹ ਮੈਂ ਤੁਹਾਨੂੰ ਪਹਿਲਾਂ ਸਟੇਟਮੈਂਟ ਸਮਝਾਉਣੀ ਹੈ ਪੰਜਵਾਂ ਕੁਐਸਚਨ ਹੈ ਪੰਜਵਾਂ ਕੁਐਸਚਨ ਹੈ ਜਿਹੜਾ ਉਹੋ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ਜੋ ਉਹ 12 15 ਤੇ 20 ਨਾਲ ਪੂਰੀ ਪੂਰੀ ਵੰਡ ਜਾਵੇ ਤੇ ਇਹਦੇ ਵਿੱਚ ਵੀ ਤੁਸੀਂ 12 15 ਤੇ 20 ਦਾ ਐਲਸੀਐਮ ਘਟਨਾ ਹੈ ਠੀਕ ਹੈ ਇਹ ਤੁਸੀਂ ਕੱਢ ਹੀ ਲਓਗੇ ਅਗਲਾ ਸਵਾਲ ਹੈ ਇੱਕ ਬੱਚਾ ਤਿੰਨ ਵਾਰ ਹਰ ਵਾਰ 3-3 ਫੁੱਟ ਛਾਲ ਮਾਰਦਾ ਹੈ ਦੂਸਰਾ ਬੱਚਾ ਹਰ ਵਾਰ 4-4 ਫੁੱਟ ਛਾਲ ਮਾਰਦਾ ਹੈ ਪਹਿਲਾ ਬੱਚਾ 3 ਫੁੱਟ 3 ਫੁੱਟ ਦੂਜਾ ਬੱਚਾ 4 ਫੁੱਟ ਛਾਲ ਮਾਰਦਾ ਹੈ ਤੇ ਜੇਕਰ ਦੋਨੋਂ ਬੱਚੇ ਇੱਕ ਹੀ ਦਿਸ਼ਾ ਵੱਲ ਇੱਕ ਹੀ ਸਥਾਨ ਤੋਂ ਇਕੱਠੇ ਛਾਲ ਮਾਰਦੇ ਹਨ ਤਾਂ ਦੱਸੋ ਕਿੰਨੇ ਫੁੱਟ ਬਾਅਦ ਉਹ ਦੁਬਾਰਾ ਇੱਕ ਹੀ ਸਥਾਨ ਤੇ ਇਕੱਠੇ ਹੋਣਗੇ ਠੀਕ ਹੈ ਇੰਗਲਿਸ਼ ਮੀਡੀਅਮ ਵਾਲਿਆਂ ਨੂੰ ਵੀ ਦੱਸ ਦਿੰਨੀ ਹਾਂ ਥੋੜਾ ਜਿਹਾ 1 ਚਾਈਲਡ ਜੰਪਸ 3 ਫੀਟ ਹਾਈ ਐਂਡ ਅਨਦਰ ਚਾਈਲਡ ਜੰਪਸ 4 ਫੀਟ ਹਾਈ ਇਫ ਬੋਥ ਚਿਲड्रन ਕੰਟੀਨਿਊ ਜੰਪਿੰਗ ਟੁਗੇਦਰ ਇਨ ਦ ਸੇਮ ਡਾਇਰੈਕਸ਼ਨ ਦੈਨ ਆਫਟਰ ਹਾਊ ਮੈਨੀ ਫੀਟ ਦੇ ਵਿਲ ਬੀ ਟੁਗੇਦਰ ਅਗੇਨ ਤਾਂ ਆਪਾਂ ਜਾਂਪਾ ਮਰਵਾਉਣੇ ਉਹਨਾਂ ਦੇ ਪਹਿਲੇ ਪਹਿਲਾ ਬੱਚਾ 3 3 ਵਾਰੀ ਦੂਸਰਾ 4 4 ਵਾਰੀ ਇਟ ਮੀਨਸ ਕੀ ਹੈ ਤੁਸੀਂ ਇਹਨਾਂ ਦਾ ਇਸ ਤਰ੍ਹਾਂ ਐਲਸੀਐਮ ਹੀ ਗੱਟਣਾ ਹੈ ਦੇਖੋ ਹੁਣ ਇਹ ਕੋਈ ਕਾਮਨ ਫੈਕਟਰ ਤਾਂ ਦੋਨਾਂ 'ਚ ਹੈ ਨਹੀਂਗਾ ਤਾਂ ਕਰਕੇ ਜੇ ਤੁਸੀਂ ਇਹਨੂੰ 3 ਨਾਲ ਡਿਵਾਈਡ ਕਰੋਗੇ ਤਾਂ ਆ ਡਿਵਾਈਡ ਹੋ ਜਾਊਗਾ ਨਹੀਂ ਹੁੰਦਾ जो तुम इन फोर ना डिवाइड करोगे तो चलो मान लो टू ना करते हैं ना तो इतने तो टू तो आ जाएगा फिर टू डिवाइड करोगे तो इतने तो 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 वन आ जाएगा तो आंसर आही आजगा थ्री टू टू एलसीएम जो आजगा तीन दूनी छे छे दूनी बारह आंसर आजगा ठीक है तो अगला सवाल है सैवंथ क्वेश्चन है हाउ मैनी मिनीम नंबर ऑफ स्टूडेंट्स आर रिक्वायड फॉर फ्रॉम ए क्लास टू मेक ग्रुप ऑफ फोर ਐਂਡ 5 ਈਚ ਇਹ ਵੀ ਸੇਮ ਕੁਐਸਚਨ ਹੀ ਹੈ ਇਹਦੇ ਵਿੱਚ ਤੁਸੀਂ ਸੇਮ ਹੈ ਕੁਐਸਚਨ ਆ ਜਮਾ 4 ਦਾ ਤੇ 5 ਦਾ ਐਲਸੀਐਮ ਫਾਈਂਡ ਆਊਟ ਕਰਨਾ ਹੈ ਜਦੋਂ ਕਾਮਨ ਕੁਝ ਵੀ ਨਹੀਂ ਆ ਰਿਹਾ ਹੁੰਦਾ ਤਾਂ ਸਿੱਧਾ ਹੀ ਆਨਸਰ ਲਿਖ ਦੇਈਦਾ ਹੁੰਦਾ ਵੀ 4 5 20 ਆਨਸਰ ਆ ਜੂਗਾ ਇੱਥੇ ਵੀ ਕਾਮਨ ਕੁਝ ਨਹੀਂ ਆ ਰਿਹਾ ਤਾਂ 3 4 4 3 12 ਆਨਸਰ ਆ ਜਾਂਦਾ ਸਿੱਧਾ ਹੀ ਆਪਾਂ ਜੇ ਇਸ ਤਰ੍ਹਾਂ ਕੱਢਣਾ ਹੈ ਇਸ ਤਰ੍ਹਾਂ ਕੱਢ ਲਓ ਵੈਸੇ ਇਸ ਤਰ੍ਹਾਂ ਕੱਢਣ ਦੀ ਲੋੜ ਨਹੀਂ ਜਦੋਂ ਕਾਮਨ ਕੁਝ ਆ ਨਹੀਂ ਰਿਹਾ ਹੁੰਦਾ ਤਾਂ ਇਹਨਾਂ ਦੋਨਾਂ ਦੇ ਸਿੱਧੇ ਗੁਣਾ ਹੀ ਕਰ ਦੇਈਦੇ ਉਹ ਹੀ ਐਲਸੀਐਮ ਹੁੰਦਾ ਠੀਕ ਹੈ ਅਗਲਾ ਕੁਐਸਚਨ ਹੈ ਤੁਹਾਡਾ ਜਿਹੜਾ ਹੈ 3 ਬੈਲਸ ਰਿੰਗ ਵਿਦ ਦਾ ਸੇਮ ਗੈਪ ਆਫ 10 ਮਿੰਟ 20 ਮਿੰਟ 30 ਮਿੰਟ ਰਿਸਪੈਕਟਿਵਲੀ ਇਨ ਅ ਸਕੂਲ ਇਫ 올 ਬੈਲਸ ਆਰ ਰੰਗ ਟੁਗੇਦਰ ਠੀਕ ਹੈ ਤਿੰਨ ਬੈਲ ਆ ਜਿਹੜੀਆਂ ਉਹ ਵੱਜ ਰਹੀਆਂ 10-10 ਮਿੰਟਾਂ ਬਾਅਦ ਵੱਜ ਰਹੀਆਂ ਤਿੰਨ ਬੈਲਾਂ ਸਕੂਲ ਵਿੱਚ ਤਿੰਨ ਘੰਟੀਆਂ ਲਗਭਗ 10-10 ਮਿੰਟਾਂ 10 ਮਿੰਟ 20 ਮਿੰਟ ਤੇ 30 ਮਿੰਟ ਬਾਅਦ ਵੱਜਦੀਆਂ ਹਨ ਜੇਕਰ ਤਿੰਨੇ ਘੰਟੀਆਂ 8 ਵਜੇ ਵੱਜੀਆਂ ਹੋਣਗੀਆਂ ਤਾਂ ਹੁਣ ਇਸ ਤੋਂ ਬਾਅਦ ਉਹ ਦੁਬਾਰਾ ਕਿੰਨੇ ਮਿੰਟਾਂ ਬਾਅਦ ਵੱਜਣਗੀਆਂ ਪਹਿਲੀ ਰਿੰਗ ਹੈ ਜਿਹੜੀ ਉਹ 10 ਮਿੰਟਾਂ ਬਾਅਦ ਵੱਜਦੀ ਹੈ ਫਿਰ 20 ਮਿੰਟਾਂ ਬਾਅਦ ਵੱਜਦੀ ਹੈ ਫਿਰ 30 ਮਿੰਟਾਂ ਬਾਅਦ ਤਾਂ ਤੁਸੀਂ ਇਹਦਾ ਐਲਸੀਐਮ ਕੱਢੋਗੇ ਤਾਂ ਇਹ 2 ਨਾਲ ਡਿਵਾਈਡ ਕਰੋਗੇ 5 ਆਜੂਗਾ ਇੱਥੇ 10 ਆਜੂਗਾ ਇੱਥੇ 15 ਆਜੂਗਾ 5 ਨਾਲ ਡਿਵਾਈਡ ਕਰੋਗੇ 1 ਆਜੂਗਾ 2 ਆਜੂਗਾ ਰੀ ਆਊਗਾ ਤਾਂ ਇਥੋਂ ਜਿਹੜਾ ਐਲਸੀਐਮ ਜਿਹੜਾ ਤੁਸੀਂ ਕੱਢੋਗੇ ਕੀ ਆਊਗਾ 2 5 1 2 ਐਂਡ 3 2 5 10 ਹੋ ਜੂਗਾ 3 2 6 ਹੋ ਜੂਗਾ 6 ਨੂੰ 10 ਨਾਲ ਗੁਣਾ ਕਰੋਗੇ ਤਾਂ ਤੁਹਾਡਾ ਆਨਸਰ ਆ ਜੂਗਾ 60 ਮਿੰਟਾਂ ਬਾਅਦ ਇਟ ਮੀਨਸ 10 ਮਿੰਟ ਜਿਹੜੇ 60 ਮਿੰਟ ਹਨ 60 ਮਿੰਟਾਂ ਬਾਅਦ ਜਿਹੜਾ ਹੈਗਾ ਦੁਬਾਰਾ ਬੈਲ ਵੱਜੇਗੀ ਹੁਣ ਪਹਿਲਾਂ ਕਿੰਨੇ ਵਜੇ ਵੱਜੀ ਸੀ 8 ਵਜੇ ਤਾਂ ਹੁਣ 60 ਮਿੰਟਾਂ ਬਾਅਦ ਵੱਜੇਗੀ ਮਤਲਬ 1 ਘੰਟੇ ਬਾਅਦ ਵੱਜੇਗੀ ਮਤਲਬ 9 ਵਜੇ ਵੱਜੇਗੀ ਠੀਕ ਹੈ 9:00 ਕਲੀਅਰ ਹੋ ਗਿਆ ਤਾਂ ਆਪਣੀ ਇਹ ਜਿਹੜੀ ਐਕਸਰਸਾਈਜ਼ ਹੈ ਕੰਪਲੀਟ ਹੋ ਗਈ ਹੈ ਤਾਂ ਸਾਰੇ ਬੱਚਿਆਂ ਨੇ ਇਹ ਵੀਡੀਓ ਬਾਰ-ਬਾਰ ਦੇਖਣੀ ਹੈ ਜੇਕਰ ਕੋਈ ਗੱਲ ਨਾ ਸਮਝ ਆਵੇ ਤਾਂ ਬਾਰ-ਬਾਰ ਦੇਖਣੀ ਹੈ ਸਮਝ ਆ ਜਾਏਗੀ ਨਹੀਂ ਸਮਝ ਆਈ ਤਾਂ ਤੁਸੀਂ ਸਕੂਲ 'ਚ ਆ ਕੇ ਦੁਬਾਰਾ ਪੁੱਛ ਸਕਦੇ ਹੋ ਜਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਬੇਟਾ ਜਿਹੜੇ ਬੱਚੇ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਬੱਚੇ ਅੱਜ ਹੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਦਾ ਨਾਮ ਹੈ ਮਲਟੀ ਲਰਨਿੰਗ ਓਕੇ ਬਾਏ ਥੈਂਕ ਯੂ